ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਅਦਬ ਅਤੇ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਤੁਹਾਡਾ ਇਹ ਹਰਮਨ ਪਿਆਰਾ ਪ੍ਰੋਗਰਾਮ ਜਿਹਦਾ ਨਾਂ ਹੈ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾ ਸਕੇ, ਭਾਵੇਂ ਉਹ ਮਸਲੇ ਸਾਂਝੇ ਹਨ, ਭਾਵੇਂ ਉਹ ਮਸਲੇ ਧਾਰਮਿਕ ਹਨ, ਭਾਵੇਂ ਉਹ ਮਸਲੇ ਸਿਆਸੀ ਹਨ। ਤਾਂ ਜਸ ਬ੍ਰੋਡਕਾਸਟਿੰਗ ਦੀ ਟੀਮ ਲਗਾਤਾਰ ਪਿਛਲੇ ਇੱਕ ਵੀਕ ਤੋਂ ਕੈਲੀਫੋਰਨੀਆ ਦੇ ਦੌਰੇ 'ਤੇ ਹੈ, ਜਿੱਥੇ ਵੱਖ ਵੱਖ ਟਾਊਨਾਂ ਦੇ ਵਿੱਚ ਜਾ ਕੇ ਅਸੀਂ ਸਾਡੇ ਲੋਕਾਂ ਦੇ ਉਹਨਾਂ ਦੇ ਮਸਲੇ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਇਸ ਮੰਚ ਦੇ ਉੱਤੇ ਗੱਲਬਾਤ ਹੁੰਦੀ ਹੈ, ਵਿਚਾਰ ਵਟਾਂਦਰਾ ਹੁੰਦਾ ਹੈ, ਤਕਰਾਰ ਹੁੰਦੀ ਹੈ ਕਦੀ ਕਵਾਰ, ਮਸਲੇ ਕਦੀ ਕਵਾਰ ਇੰਨੇ ਹਾਵੀ ਵੀ ਹੋ ਜਾਂਦੇ ਹਨ ਕਿ ਤੁਸੀਂ ਵੀ ਆਪਣੇ ਪ੍ਰਤੀਕਰਮ ਸਾਨੂੰ ਦਿੰਦੇ ਹੋ, ਅਤੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਪ੍ਰਤੀਕਰਮ, ਆਪਣੇ ਫੀਡਬੈਕ, ਆਪਣੇ ਕਮੈਂਟਸ ਸਾਡੇ ਨਾਲ ਰੱਖਦੇ ਹੋ। ਅਤੇ ਅੱਜ ਵੀ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣੇ ਵੈਲਿਊਬਲ ਕਮੈਂਟਸ ਅਤੇ ਫੀਡਬੈਕ ਜਿਹੜੇ ਨੇ ਉਹ ਸਾਡੇ ਨਾਲ ਜ਼ਰੂਰ ਰੱਖਿਓ। ਲੇਕਿਨ ਮੈਂ ਜਦ ਗੱਲ ਇਸ਼ੂਜ਼ ਦੀ ਕਰਦਾ ਤਾਂ ਸਾਨੂੰ ਪਤਾ ਕਿ ਸਾਡੇ ਜਜ਼ਬਾਤ, ਜ਼ਿਕਰਯੋਗ ਹੈ ਕਿ ਸਾਡੇ ਮਸਲੇ, ਗੌਰਤਲਬ ਹੈ ਕਿ ਸਾਨੂੰ ਵਿਚਾਰ ਕਰਨਾ ਲਾਜ਼ਮੀ ਬਣ ਜਾਂਦਾ। ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਸ ਮੰਚ ਦੇ ਉੱਤੇ ਆਪਣੇ ਜਜ਼ਬਾਤ ਸਾਹਮਣੇ ਰੱਖੇ ਹਨ, ਲੇਕਿਨ ਹੁਣ ਜ਼ਮੀਨੀ ਪੱਧਰ 'ਤੇ ਜਾ ਕੇ ਅਸੀਂ ਤੁਹਾਡੇ ਟਾਊਨ ਆ ਰਹੇ ਹਾਂ ਔਰ ਤੁਹਾਡੀ ਗੱਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਸ ਬ੍ਰੋਡਕਾਸਟਿੰਗ ਦੀ ਟੀਮ ਪਹੁੰਚੀ ਹੈ ਸੈਕਰਮੈਂਟੇਰੀਓ, ਸਿਟੀ ਆਫ ਰੂਜ਼ਵੈਲਟ, ਜਿੱਥੇ ਅੱਜ ਅਸੀਂ ਤੁਹਾਨੂੰ ਉਸ ਸ਼ਖਸੀਅਤ ਨਾਲ ਮੁਖਾਤਿਬ ਕਰਾਵਾਂਗੇ, ਉਹਨਾਂ ਮਹਿਮਾਨਾਂ ਨਾਲ ਮੁਖਾਤਿਬ ਕਰਾਵਾਂਗੇ ਜੋ ਕਿ ਆਪਣੀ ਗੱਲ, ਆਪਣੇ ਮਸਲੇ, ਆਪਣੀ ਵਿਚਾਰਧਾਰਾ, ਆਪਣੇ ਫੀਡਬੈਕ, ਆਪਣੇ ਕਮੈਂਟਸ ਸਾਨੂੰ ਦੱਸਣਾ ਚਾਹੁੰਦੇ ਹਨ। ਗਰਾਊਂਡ ਲੈਵਲ 'ਤੇ ਜਾ ਕੇ ਸਾਡੀ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਗੱਲ ਇਸ ਮੰਚ 'ਤੇ ਰੱਖ ਸਕੀਏ ਔਰ ਤੁਸੀਂ ਵੀ ਆਪਣੇ ਪ੍ਰਤੀਕਰਮ ਦੇ ਸਕੋ ਤਾਂ ਕਿ ਇੱਕ ਸੋਲਿਊਸ਼ਨ ਨਿਕਲ ਸਕੇ, ਇੱਕ ਰੋਡ ਮੈਪ ਤਿਆਰ ਹੋ ਸਕੇ ਕਿ ਸਾਨੂੰ ਕਿਸ ਪਾਸੇ ਤੁਰਨਾ ਹੈ ਔਰ ਕਿਵੇਂ ਤੁਰਨਾ ਹੈ। ਇੱਕ ਸ਼ਖਸੀਅਤ ਅੱਜ ਮੇਰੇ ਨਾਲ ਮੁਖਾਤਿਬ ਹੈ ਜੋ ਕਿ ਇਹਨਾਂ ਸਾਰੀ ਗੱਲਾਂ ਨੂੰ ਅਮਲੀ ਜਾਮਾ ਬਣਾ ਰਹੀ ਹੈ, ਉਹਨਾਂ ਸਾਰੀ ਗੱਲਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਜੋ ਅਸੀਂ ਇਸ ਮੰਚ ਦੇ ਉੱਤੇ ਕਰਦੇ ਹਾਂ। ਅਸੀਂ ਕਦੀ ਇੱਕ ਵਾਰ ਕਹਿੰਦੇ ਹਾਂ ਕਿ ਸਾਨੂੰ ਲੋੜ ਹੈਗੀ ਹੈ ਕਿ ਬੁੱਧੀਜੀਵੀਆਂ ਨੂੰ ਅੱਗੇ ਆਉਣਾ ਚਾਹੀਦਾ, ਸਕਾਲਰਸ ਨੂੰ ਅੱਗੇ ਆਉਣਾ ਚਾਹੀਦਾ, ਰਿਸਰਚਰਸ ਨੂੰ ਅੱਗੇ ਆਉਣਾ ਚਾਹੀਦਾ, ਇੰਟਲੈਕਚੁਅਲ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਜੇਕਰ ਅਸੀਂ ਆਪਣੀ ਕੌਮ ਦਾ ਭਲਾ ਚਾਹੁੰਦੇ ਹਾਂ। ਕਈਆਂ ਦੀ ਵਿਚਾਰ ਇਹ ਵੀ ਹੈ ਕਿ ਸਾਨੂੰ ਪੰਥ ਦਰਦੀਆਂ ਨੂੰ ਅੱਗੇ ਲਿਆਉਣਾ ਚਾਹੀਦਾ ਜਿਹਨਾਂ ਨੂੰ ਵਾਕਈ ਹੀ ਪੰਥ ਨੂੰ ਲੈ ਕੇ ਦਰਦ ਹੈਗਾ। ਕਈ ਕਹਿੰਦੇ ਹਨ ਕਿ ਇਹ ਤਾਂ ਸਿੱਖ ਹੀ ਨਹੀਂ ਹਨ, ਇਹ ਪੰਥ ਦਾ ਦਰਦ ਕਿਵੇਂ ਸਮਝਣਗੇ। ਸਾਰਿਆਂ ਦੀ ਆਪਣੀ ਆਪਣੀ ਵਿਚਾਰਧਾਰਾ, ਆਪਣੀ ਆਪਣੀ ਆਈਡੀਓਲੋਜੀ ਹੈ, ਲੇਕਿਨ ਨਹੀਂ, ਅੱਜ ਇਸ ਮੰਚ ਦੇ ਉੱਤੇ ਅਸੀਂ ਸਾਰਿਆਂ ਨੂੰ ਵੈਲਕਮ ਕੀਤਾ ਕਿਉਂਕਿ ਇਹ ਮੰਚ ਸਾਰਿਆਂ ਦਾ ਸਾਂਝਾ ਹੈ।
ਸਿੱਖੀ ਆਈਡੈਂਟੀ ਰਿਕੋਗਨੀਸ਼ਨ ਆਪਾਂ ਲੰਬੇ ਸਮੇਂ ਤੋਂ ਸੁਣਦੇ ਹੋਏ ਆ ਰਹੇ ਹਾਂ। ਕਈ ਮੀਡੀਆ ਦੇ ਉੱਤੇ, ਕਈ ਚੈਨਲਾਂ ਦੇ ਉੱਤੇ ਡਿਬੇਟ ਵੀ ਹੁੰਦੀਆਂ ਵੇਖੀਆਂ, ਲੇਕਿਨ ਉਹਦੇ ਮੋਰਲ ਵੈਲਿਊਜ਼ ਜਿਹੜੀ ਹੈ ਉਹ ਆਖਿਰਕਾਰ ਕੀ ਨੇ? ਉਹ ਅੱਜ ਸੈਕਰਮੈਂਟੋ ਦੇ ਵਿੱਚ ਵਸਦੇ ਲੋਕ ਸਾਨੂੰ ਦੱਸਣਗੇ। ਇਸ ਟਾਊਨ ਦੇ ਵਿੱਚ ਰਹਿੰਦੇ ਹੋਏ ਵਸਨੀਕ ਸਾਨੂੰ ਦੱਸਣਗੇ। ਅੱਜ ਉਹ ਸਾਡੇ ਨਾਲ ਮੁਖਾਤਿਬ ਵੀ ਹਨ, ਮੈਂ ਉਹਨਾਂ ਦਾ ਵੀ ਜੀ ਆਇਆਂ ਨੂੰ ਕਰਦਾ। ਲੇਕਿਨ ਮੈਂ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਹੁਣ ਮੁਖਾਤਿਬ ਕਰਾਵਾਂਗਾ, ਡਬਲ PhD ਹਨ ਉਹਨਾਂ ਨੇ, ਆਪਣੀ ਡਿਗਰੀ ਅਮੈਰੀਕਾ, ਇੰਗਲੈਂਡ ਅਤੇ ਭਾਰਤ ਤੋਂ ਲਿੱਤੀ। ਪੇਸ਼ੇ ਤੋਂ ਡਾਕਟਰ ਰਹੇ, ਮਾਨਵਤਾ ਦੀ ਭਲਾਈ ਦੇ ਲਈ ਕੰਮ ਕੀਤਾ, ਆਪਣੀ ਪੂਰੀ ਜ਼ਿੰਦਗੀ ਅਰਪਿਤ ਕਰਤੀ ਸਿੱਖੀ ਸਿਧਾਂਤਾਂ ਦੇ ਲਈ। ਪਬਲਿਸ਼ਰ ਵੀ ਹਨ ਔਰ ਐਗਰੀਕਲਚਰ ਐਕਸਪਰਟ ਵੀ ਰਹੇ ਹਨ। ਮਿਸਾਲ ਦੇ ਤੌਰ 'ਤੇ ਉਹਨਾਂ ਨੇ ਇੱਕ ਅਜਿਹੀ ਸੀਡ ਜਿਹਨੂੰ ਬੀਜ ਆਪਾਂ ਕਹਿੰਦੇ ਹਾਂ, ਉਹਦੀ ਡਿਵਲਪਮੈਂਟ ਕੀਤੀ ਪੰਜਾਬ ਦੇ ਵਿੱਚ ਉਸ ਨੋਬਲ ਪ੍ਰਾਈਜ਼ ਡਾਕਟਰ ਦੇ ਨਾਲ ਜਿਹਦਾ ਨਾਮ ਸੀਗਾ ਨੋਰਮੈਨ। ਕਿਸੇ ਸਮੇਂ ਪੰਜਾਬ ਦੇ ਵਿੱਚ ਇੱਕ ਜਿਹੜੀ ਸੀਡ ਸੀਗੀ ਉਹ 4 ਕੁਇੰਟਲ ਈਲਡ ਪੈਦਾ ਕਰਦੀ ਸੀਗੀ, ਲੇਕਿਨ ਜਦ ਇੰਜੀਨੀਅਰਿੰਗ ਔਰ ਜਦ ਦਿਮਾਗ ਲਾਇਆ ਗਿਆ ਤਾਂ ਉਹੀ ਸੀਡ, ਉਹੀ ਬੀਜ 22 ਕੁਇੰਟਲ ਈਲਡ ਕਰਨ ਲੱਗ ਪਿਆ। ਇਹ ਵੀ ਦੇਣ ਇਹਨਾਂ ਦੀ ਹੈਗੀ ਹੈ। ਗ੍ਰੀਨ ਰੈਵੋਲਿਊਸ਼ਨ ਦੀ ਗੱਲ ਕਰਦੇ ਹਾਂ ਨਾ ਅਸੀਂ ਗੱਲ ਕਰਦੇ ਹਾਂ ਜੈ ਜਵਾਨ ਜੈ ਕਿਸਾਨ, ਉਹ ਦੇਣ ਸਿੱਖਾਂ ਦੇ ਹੀ ਹੈ। ਕਈ ਸਾਰੇ ਪ੍ਰਾਈਜ਼ ਉਹਨਾਂ ਨੇ ਜਿੱਤੇ। ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਪੀਸ ਰੈਸਟੋਰੇਸ਼ਨ ਨੂੰ ਲੈ ਕੇ ਵੀ ਉਹ ਮੁੱਖ ਮਹਿਮਾਨ ਵਜੋਂ ਉੱਥੇ ਸ਼ਮੂਲੀਅਤ ਕਰਨਗੇ। ਔਰ ਗੁਰੂ ਨਾਨਕ ਸਾਹਿਬ ਜੀ ਦੀ ਫਿਲੋਸਫੀ ਨੂੰ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਅਮਲੀ ਜਾਮਾ ਪਹਿਨਾ ਰਹੇ ਹਨ ਔਰ ਕਹਿ ਰਹੇ ਹਨ, ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨਬੋ, ਜੋ ਗੱਲ ਅਸੀਂ ਲਗਾਤਾਰ ਤੁਹਾਨੂੰ ਕਹਿੰਦੇ ਹਾਂ ਔਰ ਜਸ ਬ੍ਰੋਡਕਾਸਟਿੰਗ ਦੀ ਕੋਸ਼ਿਸ਼ ਹੁੰਦੀ ਹੈ ਉਹਨਾਂ ਸ਼ਖਸੀਅਤਾਂ ਨਾਲ ਤੁਹਾਨੂੰ ਮੁਖਾਤਿਬ ਕਰਾਇਆ ਜਾਏ। ਮੇਰੇ ਨਾਲ ਮੌਜੂਦ ਹਨ ਡਾਕਟਰ ਹਰਬੰਸ ਸਿੰਘ ਸਰੋਂ, ਜਿਨ੍ਹਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਔਰ ਅਸੀਂ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਂ ਹੈ ਅੱਜ ਦਾ ਮੁੱਦਾ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੈਕਰਮੈਂਟੋ ਦੇ ਵਿੱਚ ਕੀ ਹੈ ਉਹਨਾਂ ਦਾ ਮੁੱਦਾ ਔਰ ਕੀ ਹੈ ਉਹਨਾਂ ਦੇ ਵਿਚਾਰ ਉਹਨਾਂ ਦੇ ਜ਼ੁਬਾਨੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਸਭ ਤੋਂ ਪਹਿਲਾਂ। ਸਭ ਤੋਂ ਪਹਿਲਾਂ ਧੰਨਵਾਦ ਕਰਦਾ, ਤੁਸੀਂ ਇੱਥੇ ਸਾਡੇ ਮਹਿਮਾਨ ਬਣ ਕੇ ਆਏ ਹੋ ਅਤੇ ਸਾਡੀ ਕੌਮ ਨੂੰ ਸੰਦੇਸ਼ ਦੇਣ ਲਈ ਹਮੇਸ਼ਾ ਤੁਸੀਂ ਤਿਆਰ ਬਰ ਤਿਆਰ ਰਹਿੰਦੇ ਹੋ ਅਤੇ ਇਹਦਾ ਇਫੈਕਟ ਵੀ ਹੋ ਰਿਹਾ। ਸੋ ਮੈਂ ਬੇਨਤੀ ਕਰਦਾ ਕਿ ਮੈਂ ਤਾਂ ਇੱਕ ਤੁਛ ਗੁਰੂ ਦਾ ਸਿੱਖ ਹਾਂ, ਕੋਈ ਕਿਸੇ ਕਿਸਮ ਦੀ ਜੋ ਮੇਰੇ ਕੋਲ ਤਾਲੀਮ ਆਈ, ਮੈਂ ਨਾਲ ਵੀ PhD ਕਰਕੇ ਮੈਡੀਕਲ ਸਾਇੰਸ ਨੂੰ ਪੜ੍ਹਾਇਆ, ਪ੍ਰੈਕਟਿਸ ਨਹੀਂ ਕੀਤੀ, ਮੇਰੇ ਕੋਲ ਲਾਇਸੈਂਸ ਨਹੀਂ ਹੈ ਪ੍ਰਿਸਕ੍ਰਿਪਸ਼ਨ ਲਿਖਣ ਦਾ, ਪਰ ਪ੍ਰਿਸਕ੍ਰਿਪਸ਼ਨ ਲਿਖਣ ਦੀ ਟ੍ਰੇਨਿੰਗ ਜ਼ਰੂਰ ਦਿੰਦਾ। ਸੋ ਇਟਸ ਕਾਇੰਡ ਆਫ ਯੂਨੀਕ, ਬਟ ਐਨੀਵੇਜ਼ ਜੋ ਵੀ ਮੈਂ ਅਕੁਆਇਰ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਕੀਤਾ ਅਤੇ ਸਾਧ ਸੰਗ ਦੀ ਬਲੈਸਿੰਗ ਨਾਲ ਕੀਤਾ, ਅਤੇ ਮੈਂ ਸ਼ੁਕਰਾਨਾ ਆਲਸੋ ਕਰਦਾ ਕਿ ਮੇਰੇ ਮਾਂ ਪਿਓ ਨੇ ਮੈਨੂੰ ਇਹ ਤਾਲੀਮ ਬਖਸ਼ੀ ਅਤੇ ਇਤਿਹਾਸ ਸਰਚ ਕੀਤਾ ਇੱਥੇ ਤੱਕ। ਜੀ
ਅਤੇ ਇਹ ਸੀਗੇ ਡਾਕਟਰ ਹਰਬੰਸ ਸਿੰਘ ਸਰਾਓ। ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ, ਅੱਜ ਜਿੱਥੇ ਅਸੀਂ ਪਹੁੰਚੇ ਹੋਏ, ਜਿੱਥੋਂ ਦੀ ਆਪਾਂ ਲਾਈਵ ਕਰ ਰਹੇ ਹਾਂ। ਜਿਹੜੇ ਮਹਿਮਾਨ ਸਾਡੇ ਨਾਲ ਪਹੁੰਚੇ ਹਨ ਉਹਨਾਂ ਨਾਲ ਵੀ ਮੈਂ ਤੁਹਾਨੂੰ ਮੁਖਾਤਿਬ ਕਰਾ ਦਾਂ, ਉਹਨਾਂ ਦਾ ਵੀ ਮੈਂ ਨਾਲ ਤੁਹਾਨੂੰ ਤਾਰੁਫ ਕਰਾ ਦਾਂ। ਮੇਰੇ ਨਾਲ ਮੌਜੂਦ ਹਨ ਤਰਸੇਮ ਸਿੰਘ ਜੀ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੇਰੇ ਨਾਲ ਮੌਜੂਦ ਹਨ ਕੁਲਦੀਪ ਸਿੰਘ ਜੀ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੇਰੇ ਨਾਲ ਮੈਂ ਚਾਹਾਂਗਾ ਕਿ ਤੁਸੀਂ ਹੱਥ ਖੜ੍ਹੇ ਕਰਕੇ ਸਾਰੇ ਦਰਸ਼ਕਾਂ ਨੂੰ ਆਪਣੀ ਜਾਣਕਾਰੀ ਦੇ ਦਿਓ, ਆਪਣੇ ਆਪ ਨੂੰ ਤਾਰੁਫ ਕਰਾ ਦਿਓ। ਅਤੇ ਮੇਰੇ ਨਾਲ ਸੁੱਖੀ ਸੇਖੋਂ ਜੀ ਮੌਜੂਦ ਹਨ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੇਰੇ ਨਾਲ ਮੌਜੂਦ ਹਨ ਅਮਰਜੀਤ ਸਿੰਘ ਜੀ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਪਲਵਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਹਨ। ਜੇਕਰ ਆਤਮ ਮੂਵਮੈਂਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਐਜ਼ ਐਨ ਯੂਥ ਕੀ ਕੁਛ ਸਾਨੂੰ ਦੱਸਣਾ ਚਾਹੁੰਦਾ, ਕੀ ਇੰਸਪੀਰੇਸ਼ਨ ਉਹਨਾਂ ਨੂੰ ਇਸ ਧਰਤੀ ਦੇ ਵਿੱਚ ਰਹਿ ਕੇ ਮਿਲੀ ਹੈ, ਉਹ ਵੀ ਸਾਨੂੰ ਦੱਸਣਾ ਚਾਹੁੰਦੇ ਹਨ। ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ। ਮਨਜੀਤ ਸਿੰਘ ਜੀ ਇੱਥੇ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਹਰਵਿੰਦਰ ਸਿੰਘ ਗਿੱਲ ਜੀ ਇੱਥੇ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਜਸਵੀਰ ਸਿੰਘ ਸਿੱਧੂ ਜੀ, ਉਹਨਾਂ ਦੀ ਵੀ ਮਹਿਮਾਨ ਨਵਾਜ਼ੀ ਦਾ ਅਸੀਂ ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਦੇ ਅੱਜ ਨਿਵਾਸ ਸਥਾਨ 'ਤੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਸਾਡੇ ਨਾਲ ਅਵਤਾਰ ਸਿੰਘ ਸਹੋਤਾ ਜੀ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਸਾਡੇ ਨਾਲ ਮੌਜੂਦ ਹਨ ਰਣਜੀਤ ਸਿੰਘ ਜੀ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਸਾਡੇ ਨਾਲ ਮੌਜੂਦ ਹਨ ਗੁਰਜੀਤ ਸਿੰਘ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਅਤੇ ਸਾਰੇ ਮਹਿਮਾਨਾਂ ਦਾ ਅੱਜ ਅਸੀਂ ਜੀ ਆਇਆਂ ਨੂੰ ਕਰਦੇ ਹਾਂ, ਕਰਾਂਗੇ ਗੱਲਬਾਤ ਇਸ ਧਰਤੀ ਦੇ ਉੱਤੇ ਕੀ ਹਨ ਇਹਨਾਂ ਦਾ ਮਸਲਾ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ। ਵਿਚਾਰ ਅਸੀਂ ਕਰ ਰਹੇ ਹਾਂ ਸੈਕਰਮੈਂਟੋ ਏਰੀਆ ਦੇ ਵਿੱਚ, ਜਿੱਥੇ ਅਸੀਂ ਡਾਕਟਰ ਹਰਬੰਸ ਸਿੰਘ ਸਰਾਓ ਨਾਲ ਬੈਠੇ ਹਾਂ, ਅਤੇ ਸਾਡੇ ਨਾਲ ਕਈ ਗੈਸਟ ਵੀ ਮੌਜੂਦ ਹਨ ਅੱਜ ਇਸ ਮੰਚ ਦੇ ਵਿੱਚ, ਜਿੱਥੇ ਸ਼ੁਰੂਆਤ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਹੋਰਾਂ ਦੇ ਨਾਲ, ਜਿੱਥੇ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਸਿੱਖਾਂ ਦੀ ਕੀ ਕੰਟਰੀਬਿਊਸ਼ਨ ਰਹੀ ਹੈ, ਔਰ ਆਈਡੈਂਟੀ ਜੇਕਰ ਗੱਲ ਕਰੀਏ ਤਾਂ ਕੀ ਕੁਝ ਸੁਨੇਹਾ ਦੇਣਾ ਚਾਹੁੰਦੇ ਹਨ ਸਾਡੇ ਵਿਊਅਰਸ ਨੂੰ। ਡਾਕਟਰ ਸਾਹਿਬ ਗੋ ਅਹੈਡ ਸਰ। ਹਾਂਜੀ, ਥੈਂਕ ਯੂ। ਦੇਖੋ ਜੀ, ਸਾਡੀ ਸਿੱਖਾਂ ਦੀ ਪਹਿਚਾਣ ਸਭ ਤੋਂ ਆਬਵੀਅਸਲੀ ਦਸਤਾਰ ਨਾਲ ਆ ਜੀ, ਅਤੇ ਕੇਸਾਂ ਨਾਲ ਵੀ ਆ ਜੀ। ਦੁਨੀਆ 'ਚ ਅਮੈਰੀਕਾ 'ਚ ਖਾਸ ਕਰਕੇ ਕੈਨੇਡਾ ਦੇ ਵਿੱਚ 99% ਲੋਕ ਜਿਹੜੇ ਦਸਤਾਰ ਸਜਾਉਂਦੇ ਆ ਉਹ ਸਿੱਖ ਨੇ ਜੀ, ਅਤੇ 1% ਜਿਹੜੇ ਹੈਗੇ ਆ ਉਹ ਆਪਣੇ ਮਸਜਿਦ ਜਾ ਕੇ ਜਾਂ ਕਿਤੇ ਹੋਰ ਦਸਤਾਰ ਸਜਾਉਂਦੇ ਆ ਜੀ। ਅਤੇ ਸਾਨੂੰ ਇਹ ਗੁਰੂ ਸਾਹਿਬ ਦੀ ਦੇਣ ਆ, ਉਹਨਾਂ ਦੀ ਭੇਟ ਆ, ਅਤੇ ਉਹਦੇ ਗੁਰਬਾਣੀ ਦੇ ਵਿੱਚ ਕਈ ਮਿਸਾਲਾਂ ਆਉਂਦੀਆਂ ਨੇ। ਉਹ ਕਹਿੰਦੇ ਸਾਬਤ ਸੂਰਤ ਦਸਤਾਰ ਸਿਰਾ, ਪਹਿਲਾ ਹੁਕਮੇ ਆ ਗੁਰਬਾਣੀ ਦੇ ਦਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ। ਅਤੇ ਮੈਂ ਬੇਨਤੀ ਕਰਾਂ ਕਿ ਮੈਨੂੰ ਇੰਗਲਿਸ਼ ਦੇ ਵਿੱਚ ਪਹਿਲਾਂ ਕਹਿ ਕੇ ਫਿਰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਦੀ ਸਿੱਖ ਟਰਬਨ ਇਜ਼ ਅ ਯੂਨੀਕ ਬਿਕਾਜ਼ ਇਟ ਰਿਪ੍ਰਜੈਂਟ ਰਿਲੀਜੀਅਸ ਸੈਂਕਟੀ ਫਾਰ ਦੀ ਸਿੱਖਸ। ਰਿਲੀਜੀਅਸ ਸੈਂਕਟੀ ਮੀਨ ਪਵਿੱਤਰਤਾ ਜੀ। ਦੀ ਟਰਬਨ ਐਨ ਅਨਸ਼ੋਰਨ ਹੇਅਰ ਆਰ ਦੀ ਆਈਡੈਂਟੀਫਾਇੰਗ ਫੀਚਰ ਆਫ ਦੀ ਸਿੱਖਸ। ਅਬਾਊਟ 99% ਆਫ ਦੀ ਪੀਪਲ ਵੇਅਰਿੰਗ ਟਰਬਨ ਇਨ ਦੀ ਵੈਸਟ ਆਰ ਦੀ ਸਿੱਖਸ। ਦੀ ਟਰਬਨ ਟੂ ਅ ਸਿੱਖ ਇਜ਼ ਲਾਈਕ ਸਿੰਬਲ ਆਫ ਸਾਵਰਨਟੀ, ਆਜ਼ਾਦੀ ਦਾ, ਸੈਲਫ ਰਿਸਪੈਕਟ, ਇਟਸ ਲਾਈਕ ਏ ਕਰਾਊਨ। ਆਲ 10 ਗੁਰੂਜ਼ ਵੋਰ ਟਰਬਨਸ ਐਂਡ ਇਨ ਗੁਰੂ ਗ੍ਰੰਥ ਸਾਹਿਬ ਐਜ਼ ਆਈ ਆਲਰੇਡੀ ਸੈਡ ਇਟਸ ਏ ਮੈਂਡੇਟਡ ਜੀ ਐਜ਼ ਫਾਰ ਸਿੱਖ। ਦੂਸਰਾ ਹੁਕਮ ਅਸੀਂ ਦੇਖੀਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਇਆ ਜੀ, ਅਤੇ ਉਸ ਵਕਤ ਆਪਾਂ ਦੇਖਦੇ ਹਾਂਗੇ ਪੰਜਾਂ ਪਿਆਰਿਆਂ ਦੇ ਜੀ ਪੂਰੀ ਦਸਤਾਰ ਸਜਾ ਕੇ, ਬਾਣਾ ਪਾ ਕੇ, ਪੰਜ ਕਕਾਰ ਸਜਾ ਕੇ,
ਉੱਥੋਂ ਸਾਨੂੰ ਇਹ ਮੈਸੇਜ ਮਿਲਦਾ ਕਿ ਸਭ ਤੋਂ ਸ਼ੁਰੂ ਕਰੀਏ ਕੇਸ ਅਤੇ ਉਹ ਨਕੰਗਾ ਕੜਾ ਕਿਰਪਾਨ ਕਛਹਿਰਾ ਅਤੇ ਇਹ ਸਿਗਨੀਫਿਕੈਂਸ ਦਿੰਦੇ ਆ ਕਿ ਕੜਾ ਇਟ ਸਿਗਨੀਫਿਕੈਂਸ ਇਜ਼ ਸਿਗਨੀਫਿਕੈਂਟ ਰਾਈਟ ਐਕਸ਼ਨਸ ਸ਼ੁਭ ਕਰਮ ਕਰਨੇ ਕੰਘਾ ਇਜ਼ ਫਾਰ ਟਾਈਡੀਨੈਸ ਕਿਰਪਾਨ ਇਜ਼ ਰਿਪ੍ਰਜੈਂਟਿੰਗ ਸੈਲਫ ਡਿਫੈਂਸ ਕਛਹਿਰਾ ਸਪੈਸ਼ਲ ਸ਼ੋਰਟ ਇੰਡੀਕੇਟਿੰਗ ਸੈਲਫ ਕੰਟਰੋਲ ਐਂਡ ਕੇਸ਼ ਆਫ ਕੋਰਸ ਅਨਸ਼ੋਰ ਐਂਡ ਸਿੰਬੋਲਾਈਜ਼ਿੰਗ ਨੈਚੁਰਲ ਲਿਵਿੰਗ ਟੂ ਪ੍ਰੋਟੈਕਟ ਦੀ ਲਾਂਗਰ ਵੀਰ ਟਰਬਨ ਅਗੇਨ ਸੋ ਦੂਸਰਾ ਹੁਕਮ ਆ ਗਿਆ ਸਾਨੂੰ ਵੀ ਕਿਸਾਨ ਨੂੰ ਸੰਭਾਲ ਰੱਖਣਾ ਤੀਸਰੀ ਰੈਫਰੈਂਸ ਮਿਲਦੀ ਆ ਸਿੱਖ ਰਹਿਤ ਮਰਿਆਦਾ ਵਿੱਚੋਂ ਸਿੱਖ ਕੋਡ ਆਫ ਕੰਡਕਟ ਜਿਹਨੂੰ ਕਹਿੰਦੇ ਹਾਂ ਅਤੇ ਕਲੀਅਰਲੀ ਸਟੇਟਸ ਕਿ ਅਨਸ਼ੋਰਨ ਹੇਅਰ ਐਂਡ ਟਰਬਨ ਫਾਰ ਮੈਨ ਦੁਪੱਟਾ ਔਰ ਲੌਂਗ ਸਕਾਰਪ ਫਾਰ ਵਿਮਨ ਇਜ਼ ਨੈਸੈਸਰੀ ਪਾਰਟ ਆਫ ਸਿੱਖ ਅਪੀਅਰੈਂਸ ਸਿੱਖਸ ਵਿਦ ਟਰਬਨ ਆਰ ਡਿਸਟਿੰਕਟਿਵ ਐਂਡ ਅਕਾਊਂਟੇਬਲ ਟੂ ਅਵੋਇਡ ਸੈਲਫ ਡਿਸਟਰਕਟਿਵ ਹੈਬਿਟਸ ਸੱਚ ਐਸ ਸਮੋਕਿੰਗ ਔਰ ਇੰਟੋਕਸੀਕੈਂਟਸ ਸਿੱਖਸ ਵਿਦ ਟਰਬਨ ਆਰ ਨੋਨ ਐਜ਼ ਸਰਦਾਰ ਜੀ ਸਰਦਾਰ ਜੀ ਲਿਟਰਲੀ ਮੀਨਸ ਅ ਚੀਫ ਦ ਮੀਨਿੰਗ ਲੀਡਰ ਐਂਡ ਅ ਚੀਫ ਦੇ ਇੰਜੋਏ ਰਿਸਪੈਕਟ ਫਰੋਮ ਸੋਸਾਇਟੀ ਬਿਕਾਜ਼ ਦੇ ਆਰ ਡੈਡੀਕੇਟਿਡ ਟੂ ਹਿਊਮਨ ਸਰਵਿਸ ਵਿਦ ਕਰੇਜ ਕਰੈਕਟਰ ਕਨਵਿਕਸ਼ਨ ਐਂਡ ਕੈਨ ਬੀ ਕਾਊਂਟਡ ਐਜ਼ ਅ ਹੈਲਪਰ ਇਨ ਐਨੀ ਸਿਚੁਏਸ਼ਨ ਸਿੱਖਸ ਨੋਨ ਟੂ ਲਿਵ ਬਾਏ ਥ੍ਰੀ ਗੋਲਡਨ ਰੂਲਸ ਸਭ ਤੋਂ ਪਹਿਲਾਂ ਕਿਰਤ ਕਰਨਾ ਸਾਡਾ ਧਰਮ ਦੈਟ ਮੀਨਸ ਅਰਨਿੰਗ ਲਾਈਵਲੀਹੁੱਡ ਵਿਦ ਆਨੈਸਟੀ ਡਿਗਨਿਟੀ ਐਂਡ ਆਨਰ ਨਾਮ ਜਪਣਾ ਮਾਇੰਡਫੁਲ ਮੈਡੀਟੇਸ਼ਨ ਵਿਦ ਲਵ ਐਂਡ ਡਿਵੋਸ਼ਨ ਟੂ ਗਾਡ ਵੰਡ ਕੇ ਛਕਣਾ ਕੇਅਰਿੰਗ ਐਂਡ ਸ਼ੇਅਰਿੰਗ ਵਿਦ ਅਦਰਸ ਸਪੈਸ਼ਲੀ ਦੀ ਨੀਡੀ ਸੋ ਡਿਊਰਿੰਗ ਮੁਗਲ ਅੰਪਾਇਰ ਦੇ ਹੈਵ ਬੈਂਡ ਪੀਪਲ ਦੇ ਕੈਨ ਨਾਟ ਦੇ ਕੁਡ ਨਾਟ ਹੈਵ ਟਰਬਨ ਬਟ ਸ਼੍ਰੀ ਗੁਰੂ ਗੋਬਿੰਦ ਸਿੰਘ ਹੀ ਸੈਡ ਵੀ ਆਰ ਸਰਦਾਰ ਜੀ ਇਟਸ ਅਵਰ ਪਾਰਟ ਐਂਡ ਹੀ ਇਨਕਰੇਜ ਸਿੱਖਸ ਟੂ ਵੇਅਰ ਟਰਬਨ ਐਂਡ ਵਿਦ ਪ੍ਰਾਈਡ ਡਿਗਨਿਟੀ ਮੋਰਲ ਐਂਡ ਰਿਸਪੋਂਸੀਬਿਲਿਟੀ ਸਿੱਖ ਵੁਮਨ ਵਰ ਆਲਸੋ ਅਲਾਊਡ ਟੂ ਵੇਅਰ ਟਰਬਨ ਔਰ ਮੇ ਬੀ ਦੁਪੱਟਾ ਹੀ ਕਾਲ ਦੀ ਸਿੱਖ ਵੁਮਨ ਕੌਰ ਪ੍ਰਿੰਸੈਸ ਐਂਡ ਸਿੱਖ ਮੈਨ ਐ ਸਿੰਘ ਦੀ ਲੋਇੰਸ ਹਿਜ ਮਿਸ਼ਨ ਵਾਜ ਟੂ ਰੈਡੀਕੇਟ ਕਾਸਟ ਸਿਸਟਮ ਜੀ ਬਾਈ ਹੈਵਿੰਗ ਦੀ ਸੇਮ ਲਾਸਟ ਨੇਮ ਸਿੰਘ ਔਰ ਕੌਰ ਫਰ ਪੇਬਲਸ there are some functional benefits of that that is wearing turban because it provides protection from cold heat sun rays wind dust and head injury as well ji so is nu ja punjabi de vich sare nu pata hi a kinni significance hai sadi aan hai shaan hai te sada symbol hai ji te edi sanctity hai da matlab pavitrata te jivein doctor saab sanu dass rahe ne ohna da teacher siga ki ਅਸੀਂ ਪਿਛਲੇ ਵੀਕ ਯਾਨੀ ਕਿ ਦਸੰਬਰ ਦੇ ਲਾਸਟ ਵੀਕ ਦੇ ਵਿੱਚ ਜਿੱਥੇ ਅਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕੀਤਾ ਸੀਗਾ ਔਰ ਜਿਹੜਾ ਇਹ ਵੀਕ ਹੁਣ ਚੱਲ ਰਿਹਾ ਗੁਰੂ ਸਾਹਿਬ ਦਾ ਗੁਰਪੁਰਬ ਹੈ ਅਤੇ ਉਹਨਾਂ ਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਦੀ ਜਿਹੜੀ ਟੀਚਿੰਗ ਸੀਗੀ ਜੋ ਉਹਨਾਂ ਦੀ ਪ੍ਰੀਚਿੰਗ ਸੀਗੀ ਉਹ ਚਾਹੁੰਦੇ ਸੀਗੇ ਕਿ ਉਹ ਆਲ ਓਵਰ ਵਰਲਡ ਦੇ ਵਿੱਚ ਵਸਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਸੀਗੇ ਜਿਸ ਕਰਕੇ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਸ ਮੰਚ ਦੇ ਉੱਤੇ ਕਈ ਸਾਡੇ ਨਾਲ ਗੈਸਟ ਵੀ ਮੌਜੂਦ ਹਨ ਜੋ ਆਪਣੇ ਪ੍ਰਤੀਕਰਮ ਵੀ ਸਾਡੇ ਸਾਹਮਣੇ ਰੱਖਣਗੇ ਡਾਕਟਰ ਸਾਹਿਬ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਐਂਡ ਆਫ ਦਾ ਡੇ ਕੰਟਰੀਬਿਊਸ਼ਨ ਕੀ ਹੈਗੀ ਹੈ ਸਿੱਖ ਕਮਿਊਨਿਟੀ ਦੀ ਔਰ ਕਿਵੇਂ ਕੰਟਰੀਬਿਊਟ ਕੀਤਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਤਾਂ ਲੱਗਦਾ ਲੇਕਿਨ ਇਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੱਗਿਆ ਕਦ ਸੀਗਾ ਔਰ ਕਿਉਂ ਲੱਗਿਆ ਸੀਗਾ
ਔਰ ਅੱਜ ਜਦ ਇਸ ਧਰਤੀ ਦੇ ਉੱਤੇ ਸਿੱਖਾਂ ਨੇ ਇੱਕ ਮੁਕਾਮ ਹਾਸਿਲ ਕਰ ਲਿਆ ਤਾਂ ਭਾਰਤ ਦੇ ਵਿੱਚ ਕੀ ਕੰਟਰੀਬਿਊਸ਼ਨ ਸੀਗਾ ਸਿੱਖਾਂ ਦਾ, ਭਾਵੇਂ ਉਹ 1947 15 ਅਗਸਤ ਨੂੰ ਆਜ਼ਾਦ ਹੋਇਆ ਸੀਗਾ ਔਰ 26 ਜਨਵਰੀ ਮਨਾਇਆ ਜਾਂਦਾ ਹੈ ਜਿਹਨੂੰ ਰਿਪਬਲਿਕ ਡੇ ਕਿਹਾ ਜਾਂਦਾ ਹੈ, ਉਹ ਬਣਾਉਣ ਦਾ ਵੀ ਮਕਸਦ ਕੀ ਸੀਗਾ? ਕਹਿਣ ਦਾ ਭਾਵ ਹੈ ਕਿ ਅੱਜ ਜਿਸ ਆਬੋ ਹਵਾ ਦੇ ਵਿੱਚ ਭਾਰਤ ਦੇ ਵਿੱਚ ਵਸਦੇ ਲੋਕ ਘੁੰਮ ਰਹੇ ਹਨ, ਅੱਜ ਜਿਸ ਆਬੋ ਹਵਾ ਦੇ ਵਿੱਚ ਉਹ ਸੁੱਖ ਦੀ ਅਤੇ ਨਾਲ ਆਰਾਮ ਜਿਹੜਾ ਉਹ ਕਰ ਰਹੇ ਹਨ ਉਸ ਧਰਤੀ ਦੇ ਉੱਤੇ, ਉਹ ਕਿਹਦੇ ਕਾਰਨ ਹੈ? ਡਾਕਟਰ ਸਾਹਿਬ ਇਹ ਦੱਸਣਾ ਚਾਹੁੰਦੇ ਹਨ ਸਾਰੀ ਕਹਾਣੀ ਆਪਣੀ ਜ਼ੁਬਾਨੀ, ਲੇਕਿਨ ਅਸੀਂ ਕਰਾਂਗੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਉਸ ਪਾਰ। ਦੋਸਤੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਜਿੱਥੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸੈਕਰਮੈਂਟੋ ਏਰੀਆ ਸਿਟੀ ਆਫ ਰੂਜ਼ਵੈਲਟ ਦੇ ਵਿੱਚ ਜਾਣਨ ਦੀ ਕਿ ਜਿਹੜਾ ਇੱਥੇ ਦੇ ਮਸਲੇ ਹਨ, ਜਿਹੜੇ ਗੱਲਾਂ ਅਸੀਂ ਕਰ ਰਹੇ ਹਾਂ ਡਾਕਟਰ ਹਰਬੰਸ ਸਿੰਘ ਸਰਾਓ ਦੇ ਨਾਲ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਕੰਟਰੀਬਿਊਸ਼ਨ ਕੀ ਹੈਗਾ, ਕਈ ਗੈਸਟ ਵੀ ਸਾਡੇ ਨਾਲ ਮੌਜੂਦ ਹਨ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੋ ਕਿ ਪੇਸ਼ੇ ਤੋਂ ਵਪਾਰੀ ਹਨ, ਇਸ ਸਿਟੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਜ਼ਮੀਨੀ ਪੱਧਰ 'ਤੇ ਇਹਨਾਂ ਨੂੰ ਮਸਲੇ ਪਤਾ ਹਨ, ਸਟਰਗਲ ਵੀ ਇਹਨਾਂ ਨੇ ਇੱਥੇ ਬਹੁਤ ਕੀਤੀ ਹੈ। ਡਾਕਟਰ ਸਾਹਿਬ, ਕੰਟਰੀਬਿਊਸ਼ਨ ਦੀ ਜੇਕਰ ਗੱਲ ਕਰੀਏ, ਭਾਰਤ ਦੀ ਧਰਤੀ ਦੇ ਉੱਤੇ ਕੀ ਰਿਹਾ ਔਰ ਅੱਜ ਉਹਦਾ ਖਾਮਿਆਜ਼ਾ ਜਾਂ ਫਿਰ ਉਹਦਾ ਜਿਹੜਾ ਰਿਜ਼ਲਟ ਹੈ ਉਹ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਧਰਤੀ ਦੇ ਉੱਤੇ? ਜੀ, ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ, ਜੈ ਕਿਸਾਨ ਜੈ ਜੈ ਜਵਾਨ ਜਵਾਨ, ਠੀਕ ਹੈ ਨਾ। ਜਵਾਨ ਦੀ ਗੱਲ ਕਰੀਏ, ਮੈਂ 4 ਜਨਰੇਸ਼ਨ ਤੋਂ ਸਾਡੇ ਬਜ਼ੁਰਗ ਜੀ ਆਰਮੀ ਦੇ ਵਿੱਚ ਰੱਖਣੀ, ਮਹਾਰਾਜਾ ਰਣਜੀਤ ਸਿੰਘ ਤੋਂ ਲਾ ਕੇ ਜੀ, ਉਦੋਂ ਨਾਲ ਬ੍ਰਿਟਿਸ਼ ਆਰਮੀ ਦੇ ਵਿੱਚ ਜੀ, ਫਸਟ ਵਰਲਡ ਦੇ ਵਿੱਚ ਮੇਰੇ ਫਾਦਰ ਸਾਹਿਬ ਕਮਾਂਡ ਕਰ ਰਹੇ ਸੀਗੇ, ਗੈਰੀਜ਼ਨ ਹੋ ਗਿਆ ਅਤੇ ਉਹ ਗੈਰੀਜ਼ਨ ਤੋੜਨ ਲਈ, ਉਹ ਕਿਉਂਕਿ 14 ਸਿੱਖ ਰੈਜੀਮੈਂਟ ਦੇ ਕਮਾਂਡ ਕਰ ਰਹੇ ਸੀ, ਉਹ ਕਹਿੰਦੇ ਵੀ ਇਹਨਾਂ ਨੇ ਸਾਨੂੰ ਖਤਮ ਤਾਂ ਕਰ ਹੀ ਦੇਣਾ, ਇਦੋਂ ਪਹਿਲਾਂ ਕੁਛ ਕਰਨਾ ਚਾਹੀਦਾ। ਉਹਨਾਂ ਜਕਾਰਾ ਬੁਲਾਇਆ, ਸਾਰਿਆਂ ਨੂੰ ਕਹਿਦਾ ਵੀ ਇਹ ਅਸੀਂ ਤੋੜਨਾ, ਇੱਕ ਉੱਥੋਂ ਪੋਰਚਾ ਤੋੜਦਾ ਰੈਗੂਲਰ ਤੋੜ ਕੇ 3 ਗੋਲੀਆਂ ਸਰੀਰ 'ਚ ਲੰਘ ਗਈਆਂ ਜੀ, ਚੌਥੀ ਜਾ ਕੇ ਦਸਤਾਰ ਵਿੱਚ ਸਦਕੀ, ਉਹਨਾਂ ਦਾ ਇੱਕ ਚੱਕਰ ਹੁੰਦਾ ਸੀ ਪਿਛਲੇ ਜ਼ਮਾਨੇ 'ਚ, ਉਹ ਚੱਕਰ ਦੇ ਵਿੱਚ ਵੜ ਗਏ ਅਤੇ ਦਿਮਾਗ ਬਚ ਗਿਆ ਜੀ, ਵਾਹਿਗੁਰੂ ਦੀ ਕਿਰਪਾ ਉੱਥੋਂ ਕਿਰਪਾ ਹੋ ਗਈ। ਹਾਂਜੀ, ਸੋ ਇਹ ਤਾਂ ਹੈ ਕਿ ਹਿਸਟਰੀ ਸਾਡੇ ਪਰਸਨਲ ਹਿਸਟਰੀ। ਦੂਜਾ ਮੈਂ ਨਾਨਕਿਆਂ ਵੱਲੋਂ ਦੱਸਣ ਲੱਗਿਆ ਜੀ, ਜਨਰਲ ਹਰਬਖਸ਼ ਸਿੰਘ ਜੀ, ਇਹ ਮੇਰੇ ਮਾਮਾ ਜੀ ਸੀ ਜੀ, ਅਤੇ ਜਦੋਂ 65 ਦੀ ਜੰਗ ਲੱਗੀ ਆ ਜੀ, ਅਤੇ ਉਹਨਾਂ ਨੇ ਕਮਾਂਡ ਕੀਤੀ ਜੀ, ਅਤੇ ਉਹਦੇ ਨਾਲ ਆਪਣੇ ਏਅਰ ਮਾਰਸ਼ਲ ਅਰਜਨ ਸਿੰਘ ਜੀ, ਉਹਨਾਂ ਨੇ ਪਹਿਲਾ ਅਟੈਕ ਜਿਹੜਾ ਕੀਤਾ ਆਪ ਫਲਾਈ ਕਰਕੇ ਜੀ, ਸ਼ਾਸਤਰੀ ਜੀ ਕਹਿੰਦੇ ਨਹੀਂ ਕਰਨਾ ਇਹ, ਪਰ ਉਹਨੇ ਉਹਦੀ ਗੱਲ ਨਹੀਂ ਮੰਨੀ, ਜਾ ਕੇ ਪਹਿਲਾ ਅਟੈਕ ਉਹਨਾਂ ਨੇ ਬਾਈ ਏਅਰਫੋਰਸ ਕੀਤਾ। ਹਰਬਖਸ਼ ਉਹਨਾਂ ਨੂੰ ਆਰਡਰ ਆਇਆ ਕਿ ਤੁਸੀਂ ਰਿਟਰੀਟ ਹੋ ਕੇ ਬਿਆਸ ਤੱਕ ਆ ਜਾਓ ਜੀ, ਅਤੇ ਉਹ ਕਹਿੰਦੇ ਵੀ ਅੱਗੇ ਅਸੀਂ ਨਨਕਾਣਾ ਸਾਹਿਬ ਕੋਲ ਆ ਬੈਠੇ, ਕਰਤਾਰ ਸਿੰਘ ਹੋਰ ਗੁਰਦੁਆਰਾ ਸਾਹਿਬ ਜੀ, ਇਸ ਵਕਤ ਅਸੀਂ ਦਰਬਾਰ ਸਾਹਿਬ ਨੂੰ ਲੂਜ਼ ਨਹੀਂ ਕਰਨਾ, ਨਾ ਕਰਤਾਰ ਆਪਣੇ ਤਰਨ ਤਾਰਨ ਸਾਹਿਬ ਜੀ, ਅਤੇ ਜਨਰਲ ਚੌਧਰੀ ਸੀਗਾ ਇਨ ਕਮਾਂਡ ਜੀ, ਉਹਨੂੰ ਕਹਿੰਦੇ ਜਨਰਲ ਸਾਹਿਬ ਯੂ ਕੈਨ ਫਾਇਰ ਮੀ ਆਰ ਵਟ ਐਵਰ, ਬਟ ਆਈ ਐਮ ਨੋਟ ਗੋਇੰਗ ਟੂ ਅਲਾਓ ਈਵਨ 1 ਸਟੈਪ ਇਨ ਟੂ ਮਾਈ ਹੋਮਲੈਂਡ। ਅਤੇ ਉਹਨੇ ਉਹਨੂੰ ਧਮਕੀ ਵੀ ਦਿੱਤੀ, ਮੈਂ ਤੈਨੂੰ ਬੋਤਲ ਕਰ ਸਕਦਾ, ਉਹ ਕਹਿੰਦਾ ਆਈ ਡੋਂਟ ਕੇਅਰ, ਇਟਸ ਮਾਈ ਹਾਰਟ, ਯੂ ਨੋ ਮੇਰਾ ਧਰਮ ਸਥਾਨ ਆ ਅਤੇ ਮੈਂ ਰਿਟਰੀਵ ਨਹੀਂ ਕਰਨਾ। ਉਹਨੇ ਫਿਰ ਨਾਲ ਹੀ ਸ਼ਾਸਤਰੀ ਜੀ ਨੂੰ ਗੱਲ ਕੀਤੀ, ਬਈ ਸ਼ਾਸਤਰੀ ਜੀ ਜੇ ਇੱਥੇ ਆ ਗਏ ਤਾਂ ਅੱਗੇ ਵੀ ਆ ਸਕਦੇ, ਦਿੱਲੀ ਤੱਕ ਵੀ ਆ ਸਕਦੇ, ਮੈਂ ਅਲਾਓ ਨਹੀਂ ਕਰਾਂਗਾ, ਜੇ ਤੁਹਾਨੂੰ ਚਾਹੀਦਾ ਮੈਂ ਰਿਜ਼ਾਇਨ ਕਰ ਦਿੰਦਾ। ਸ਼ਾਸਤਰੀ ਕਹਿੰਦੇ ਜੀ ਜਰਨੈਲ ਸਾਹਿਬ ਗੋ ਹੈਡ। ਉਹਨਾਂ ਨੇ ਬਾਰਡਰ ਕ੍ਰਾਸ ਕਰਕੇ ਅਗਲਾ ਮਿਸ਼ਨ ਰੱਖਿਆ ਸੀ ਲਾਹੌਰ ਤੱਕ ਜਾਣ ਦਾ,
ਸ਼ਾਸਤਰੀ ਦਾ ਹੁਕਮ ਆ ਗਿਆ, ਨਹੀਂ ਜੀ ਉੱਥੇ ਤੱਕ ਨਾ ਜਾਓ, ਠੀਕ ਆ ਤੁਸੀਂ ਆਪਣਾ ਬਾਡੀ ਸੇਵ ਕਰ ਲਓ। ਅਤੇ ਉਹਨਾਂ ਨੇ ਨੈਚੁਰਲੀ ਦੀ ਗੱਲ ਮੰਨੀ। ਅਤੇ ਜੇ ਕਿਤੇ ਉਸ ਵਕਤ ਉਹ ਗਿਵਨ ਕਰ ਦਿੰਦੇ, ਅੱਜ ਹੋ ਸਕਦਾ ਸੀ ਪਾਕਿਸਤਾਨ ਦਿੱਲੀ ਤੱਕ ਵੀ ਪਹੁੰਚ ਜਾਂਦਾ। ਜੈ ਜਵਾਨ ਸਿੱਖਾਂ ਦੀ ਕੰਟਰੀਬਿਊਸ਼ਨ, ਜੈ ਕਿਸਾਨ ਦੀ ਗੱਲ ਕਰ ਲਈ, ਉੱਥੇ ਵੀ ਤੁਸੀਂ ਅਹਿਮ ਯੋਗਦਾਨ ਪਾਇਆ। ਹਾਂਜੀ, ਜੈ ਕਿਸਾਨ ਦੀ ਗੱਲ ਕਰ ਲਓ, ਮੈਂ ਜ਼ਿਮੀਂਦਾਰ ਦਾ ਪੁੱਤ ਹਾਂ ਅਤੇ ਮੇਰਾ ਹਾਰਟ ਫਾਰਮਿੰਗ ਦੇ ਵਿੱਚ ਆ। ਅਤੇ ਵਾਹਿਗੁਰੂ ਦੀ ਕਿਰਪਾ ਹੋਈ, ਮੈਨੂੰ ਪੇਰੈਂਟਸ ਨੇ ਮਾਸਟਰ ਕਰਾਈ ਜਨੈਟਿਕਸ ਪਲਾਂਟ ਬਰੀਡਿੰਗ ਦੇ ਵਿੱਚ। ਉਸ ਵਕਤ 65 ਦੇ ਵਿੱਚ ਕਾਲ ਪੈਣਾ ਸ਼ੁਰੂ ਹੋ ਗਿਆ ਸੀਗਾ। ਐਕਚੁਅਲੀ ਬਿਹਾਰ ਦੇ ਵਿੱਚ ਲੋਕ ਮਰਨ ਲੱਗ ਗਏ ਸੀ, ਮੈਂ ਆਸਤਾ ਹੁਸਨ ਸਦਾ। ਅਤੇ ਮੇਰਾ ਸੰਬੰਧ ਹੋਇਆ, ਮੇਰੇ ਪ੍ਰੋਫੈਸਰ ਸੀ ਦਿਲਵਾਗ ਸਿੰਘ ਇਟਵਾਲ, ਅਤੇ ਉਹਨਾਂ ਦੇ ਨਾਲ ਸਾਇੰਟਿਸਟ ਸੀ ਨਾਰਮਨ ਬੋਰਲਾਗ। ਅਸੀਂ ਮੀਟਿੰਗ ਕੀਤੀ ਕਿ ਪੋਟੈਂਸ਼ੀਅਲ ਹੈਗਾ ਕਿ ਇਹਦੀ ਯੀਲਡ ਆ ਜਿਹੜੀ ਉਹ ਇਨਕਰੀਜ਼ ਕੀਤੀ ਜਾ ਸਕਦੀ ਹੈ ਜੈਨੈਟਿਕਲੀ। ਉਹਨਾਂ ਨੇ ਸਾਨੂੰ ਕੋਈ ਸੀਡ ਭੇਜੇ ਅਤੇ ਅਸੀਂ ਉਹਨਾਂ ਨੂੰ ਕ੍ਰਾਸ ਬਰੀਡ ਕਰਕੇ ਇੱਕ ਵਰਾਇਟੀ ਸ਼ੁਰੂ ਕੀਤੀ, PV18 ਉਹਦਾ ਨਾਂ ਸੀ ਪਹਿਲਾਂ। ਅਤੇ ਫਿਰ ਕਲਿਆਣ ਸੋਨਾ ਨਾਂ ਰੱਖਿਆ ਉਹਦਾ, ਇੰਪਰੂਵ ਕਰਕੇ। ਕਲਿਆਣ ਉਹਦਾ ਪਿੰਡ ਦਾ ਨਾਂ ਸੀਗਾ, ਸੋਨਾ ਮਤਲਬ ਸੋਨੇ ਵਰਗੀ ਕਣਕ ਹੈ ਜੀ। ਅਤੇ ਉਹਦੇ ਨਾਲ ਕੀ ਹੋਇਆ, ਪਹਿਲਾਂ ਜਿਹੜੀ ਯੀਲਡ ਸੀਗੀ ਪਰ ਏਕੜ ਤਕਰੀਬਨ 4 ਕੁਇੰਟਲ ਹੁੰਦੀ ਸੀ। ਮੈਨੂੰ ਯਾਦ ਆ ਜਦੋਂ 4-5 ਕੁਇੰਟਲ ਹੋ ਜਾਣੀ ਨਾ, ਬਾਪੂ ਜੀ ਬਹੁਤ ਖੁਸ਼ ਹੁੰਦੇ ਸੀਗੇ, ਕਾਫੀ ਚੰਗੀ ਹੋ ਗਈ। ਪਰ ਜਦੋਂ ਇਹ ਵਰਾਇਟੀ ਆਈ, ਹੁਣ ਐਵਰੇਜ ਯੀਲਡ 22 ਕੁਇੰਟਲ ਪਰ ਏਕੜ। ਤੁਹਾਡੇ ਕੋਲ ਡਾਕਟਰ ਸਾਹਿਬ ਡਾਟਾ ਵੀ ਹੈਗਾ ਜਿੱਥੇ ਦੱਸੋ ਕਿ ਪਰ ਏਕੜ ਸਾਨੂੰ ਪੰਜਾਬ ਦੇ ਵਿੱਚ ਇੱਕ ਕਿਸਾਨ ਨੂੰ ਕਿੰਨਾ ਲੌਸ ਹੋ ਰਿਹਾ, ਉਹ ਵੀ ਮੈਂ ਚਾਹੁੰਦਾ ਤੁਸੀਂ ਦਰਸ਼ਕਾਂ ਨਾਲ ਜ਼ਰੂਰ। ਹਾਂਜੀ, ਤੁਸੀਂ ਜੇ ਪ੍ਰੋਜੈਕਟ ਕਰਨਾ ਅਤੇ ਇਹ ਰਿਸਰਚ ਮੇਰੀ ਪਰਸਨਲੀ ਨਹੀਂ ਹੈ, ਡਾਕਟਰ ਗਿਆਨ ਸਿੰਘ ਵਰਲਡ ਰਿਨਾਊਂਡ ਅਥਾਰਟੀ ਨੇ, ਇਕਾਨੋਮਿਸਟ ਨੇ, ਉਹ ਇੱਥੇ ਵੀ ਆਏ ਸੀ, ਇਸ ਨੂੰ ਮਿਲਿਆ। ਅਤੇ ਉਹਨਾਂ ਦਾ PhD ਮੇਰਾ ਆਲਮਾ ਮੈਟਰ, ਆਈ ਗ੍ਰੈਜੂਏਟ ਫਰੋਮ ਦੇਅਰ ਵਿਦ 2 ਡਿਗਰੀਸ। ਅਤੇ ਉਹਨਾਂ ਨੇ ਫਿਗਰਸ ਭੇਜੀਆਂ, ਉਹ ਕਹਿੰਦੇ ਜੀ ਇੱਕ ਜ਼ਿਮੀਂਦਾਰ ਨੂੰ ਤਕਰੀਬਨ 13-14 ਇਨਪੁੱਟਸ ਨੇ ਜੀ, ਸਟਾਰਟਿੰਗ ਵਿਦ ਸੀਡ, ਵੀ ਜਿਹੜਾ ਆਪਣਾ ਜਿਹੜੀ ਵਰਾਇਟੀ ਅਸੀਂ ਰਿਲੀਜ਼ ਕੀਤੀ ਉਹ ਅਗਾਂਹ ਭਰਿਆ, ਫਿਰ ਇਹਦੇ ਨਾਲ ਸ਼ੈਡਿੰਗ ਵਗੈਰਾ ਹੋਰ ਸਾਰਾ ਪਾ ਕੇ, ਡੀਜ਼ਲ ਪਾ ਕੇ, ਫਰਟੀਲਾਈਜ਼ਰ, ਇਨਸੈਕਟੀਸਾਈਡ, ਹਾਰਵੈਸਟਿੰਗ, ਫੈਮਿਲੀ ਇਨਪੁੱਟ, ਮਾਰਕੀਟਿੰਗ, ਇਰੀਗੇਸ਼ਨ, ਰਿਪੇਅਰ, ਮੇਨਟੇਨ, ਇੰਟਰਸਟ ਐਂਡ ਲੈਂਡ ਰੈਂਟ, ਸਾਰਾ ਟੋਟਲ ਕਰੋ ਤਾਂ 49,000 ਰੁਪਈਆ ਪਰ ਏਕੜ ਖਰਚ ਹੁੰਦਾ। ਪਰ ਫਾਰਮਰ ਨੂੰ ਮਿਲਦਾ ਕੀ ਆ, 37,000 ਜੀ। ਅਤੇ ਮੈਂ ਦਰਸ਼ਕਾਂ ਸਾਹਮਣੇ ਡਾਟਾ ਜ਼ਰੂਰ ਰੱਖਣਾ ਚਾਹਾਂਗਾ, ਟੈਕਨੀਕਲ ਟੀਮ ਵੀ ਤੁਹਾਨੂੰ ਦਿਖਾ ਰਹੀ ਹੋਏਗੀ ਕਿ 1 ਏਕੜ ਲੈਂਡ ਦੇ ਉੱਤੇ ਜੋ ਰਿਸਰਚ ਡਾਕਟਰ ਸਾਹਿਬ ਉਹਨਾਂ ਨੇ ਦੋਸਤਾਂ ਨੇ ਕੀਤੀ ਹੈ, 1 ਏਕੜ ਲੈਂਡ ਦੇ ਉੱਪਰ, 1 ਏਕੜ ਲੈਂਡ ਦੇ ਉੱਤੇ 16,610 ਦਾ ਘਾਟਾ ਹਰ ਕਿਸਾਨ ਨੂੰ ਭੁਗਤਣਾ ਪੈ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ। ਬਿਲਕੁਲ ਠੀਕ ਹੈ ਇਹ ਗੱਲ, ਇਹ ਜਾਣੀ ਇਹ ਨਹੀਂ ਕਿ ਸੀ ਹੀਰ ਸੇ ਆ, ਇਹਨੂੰ ਜਾ ਕੇ ਇੱਕ ਸਿਟੀ ਹੈਗੀ ਫਰੀਦਕੋਟ ਦੇ ਵਿੱਚ, ਉਹਨਾਂ ਨੇ ਉਹ ਫਾਰਮਰ, ਪ੍ਰੋਗਰੈਸਿਵ ਫਾਰਮਰ, ਉਹਨੂੰ ਵੀ ਇੰਟਰਵਿਊ ਕੀਤਾ। ਉਹਨਾਂ ਦਾ ਅਸਲੀ ਡਾਟਾ ਇਹ, ਰੀਅਲ ਡਾਟਾ। ਹੁਣ ਦੇਖੋ ਜਿਹੜਾ ਫਾਰਮਰ 16,000 ਏਕੜ ਮਗਰ ਘਾਟਾ ਪੈ ਰਿਹਾ, ਜੇ ਇਹਦੇ ਕੋਲ 10 ਏਕੜ ਕਿੰਨਾ ਹੋ ਗਿਆ, ਯੂ ਕੈਂਟ ਰਿਕਵਰ, ਇੰਟਰਸਟ ਨਹੀਂ ਪੇ ਹੁੰਦਾ। ਇਹ ਪ੍ਰਾਇਮਰੀ ਕਾਜ਼ ਆ ਫਾਰਮਰ ਨੂੰ ਘਾਟਾ ਪੈ ਰਿਹਾ। ਫਿਰ ਮੈਂ ਗਿਆ ਸੀਗਾ ਆਪਣੇ PhD ਦੇ ਵਿੱਚ, ਮੈਂ ਆਪਣੇ ਸਟੂਡੈਂਟਸ ਉਹਨਾਂ ਨੇ ਮੈਨੂੰ ਆਨਰ ਕੀਤਾ, ਮੈਂ ਕਿਹਾ ਵੀ ਮੈਨੂੰ ਸੱਚੀ ਗੱਲ ਦੱਸੋ ਵੀ ਕੀ ਆ, ਕੀ ਫਿਗਰਸ ਕੀ ਨੇ ਉੱਥੋਂ ਲੈ ਕੇ। ਕਹਿੰਦੇ ਜੀ ਗੱਲ ਇਹ ਦੱਸ ਤਾਂ ਦੇਵਾਂਗੇ, ਤੁਸੀਂ ਸਾਡੇ ਪ੍ਰੋਫੈਸਰ ਰਹੇ ਹੋ ਅਤੇ ਮੈਂ ਤਾਂ ਆਨਰ ਕਰਦੇ ਹਾਂ, ਪਰ ਤੁਸੀਂ ਚੰਡੀਗੜ੍ਹ ਨਾ ਜਾ ਕੇ ਦੱਸਿਓ। ਮੈਂ ਕਿਉਂ, ਕਹਿੰਦਾ ਉਹ ਸਾਨੂੰ ਨਹੀਂ ਚਾਹੁੰਦੇ ਕਿ ਤੁਸੀਂ ਅਸਲੀ ਦੱਸੋ ਫਾਰਮ ਨੂੰ ਘਾਟਾ ਪੈ ਰਿਹਾ। ਕਹਿੰਦੇ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਫਾਰਮ ਹੀ ਛੱਡ ਜਾਣਗੇ। ਮੈਂ ਕਿਹਾ ਖੁਦਕੁਸ਼ੀ ਤਾਂ ਨਹੀਂ ਕਰਨਗੇ, ਛੱਡਦੇ ਆ ਤਾਂ ਜਿਨ੍ਹਾਂ ਨੇ
ਜਿਹੜੇ ਮੁਫਤ ਲਈ ਜਾਂਦੇ ਆ ਤੁਹਾਤੋਂ, ਇੱਥੋਂ ਜਾ ਕੇ ਕਣਕ ਤੋਂ ਲੈਂਦੇ ਆ, ਉਸ ਤੋਂ ਬਾਅਦ ਉਹ ਦੁੱਗਣੀ ਤਿਗਣੀ ਕੀਮਤ 'ਤੇ ਜਾ ਕੇ ਵੇਚਦੇ ਆ। ਸੋ ਐਜ਼ ਏ ਕੰਸੀਕੁਐਂਸ ਉਹਨਾਂ ਨੇ ਮੈਨੂੰ ਡਾਟਾ ਦੇ ਦਿੱਤਾ ਅਤੇ ਉਹ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਹੁਣ ਜੀ। ਅਤੇ ਕਾਜ਼ ਕੀ ਆ, ਉਸ ਤੋਂ ਬਾਅਦ ਹੋਰ ਵੀ ਜੇ ਟਾਈਮ ਮਿਲਿਆ ਤੁਹਾਨੂੰ ਕਾਜ਼ ਦੱਸਾਂਗਾ ਕੀ ਹੋ ਰਿਹਾ ਸਾਡੇ ਪਾਸ, ਕਰਾਂਗੇ ਕਾਜ਼ ਬਾਰੇ ਵੀ ਗੱਲਾਂ ਔਰ ਕੀ ਹੋਰ ਮਸਲੇ ਹਨ, ਕਿਵੇਂ ਇਹਨਾਂ ਨੂੰ ਸੁਧਾਰਿਆ ਜਾ ਸਕਦਾ, ਕਿਉਂਕਿ ਇਸ ਮੰਚ ਦੇ ਉੱਤੇ ਗੱਲ ਹੁੰਦੀ ਹੈ ਫਿਊਚਰ ਦੀ ਔਰ ਉਹਨੂੰ ਕਿਵੇਂ ਇੱਕ ਰੋਡ ਮੈਪ ਤਿਆਰ ਕੀਤਾ ਜਾ ਸਕਦਾ, ਉਸ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਸਾਡੇ ਨਾਲ ਜਿਹੜੇ ਮਹਿਮਾਨ ਅੱਜ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਵੀ ਵਿਚਾਰ ਆਪਾਂ ਲਵਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੁੱਦੇ ਦੇ ਵਿੱਚ ਸੈਕਰਮੈਂਟੋ ਤੋਂ ਸਾਡੀ ਟੀਮ ਪਹੁੰਚੀ ਹੋਈ ਹੈ, ਇੱਥੇ ਜ਼ਮੀਨੀ ਪੱਧਰ 'ਤੇ ਅਸੀਂ ਅੱਜ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ। ਮੇਰੇ ਨਾਲ ਹੁਣ ਮੌਜੂਦ ਹਨ ਪਲਵਿੰਦਰ ਕੌਰ, ਜਕਾਰਾ ਮੂਵਮੈਂਟ ਦੇ ਨਾਲ ਸੰਬੰਧ ਰੱਖਦੇ ਹਨ ਔਰ ਹਾਲ ਫਿਲਹਾਲ ਦੇ ਵਿੱਚ ਇੰਡੀਆ ਹੋ ਕੇ ਆਏ ਹਨ, ਔਰ ਮੈਨੂੰ ਪਤਾ ਹੈ ਕਿ ਜਿਹੜੇ ਬੱਚੇ ਇੱਥੇ ਜਨਮੇ ਹਨ ਜਿਨ੍ਹਾਂ ਨੇ ਜੋ ਕਿ ਇੱਥੇ ਰੇਸ ਹੋਏ ਹਨ ਉਹਨਾਂ ਦੇ ਕੀ ਇਸ਼ੂਜ਼ ਹਨ, ਉਹਨਾਂ ਨੂੰ ਕੀ ਚਾਹੀਦਾ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਲਵਿੰਦਰ, ਆਈ ਵੁੱਡ ਲਾਈਕ ਟੂ ਨੋ। ਯਾ, ਸੋ ਕਾਫੀ ਮਸਲੇ ਆ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੌਜਵਾਨ ਨੂੰ ਆਉਂਦੇ ਆ। ਪਹਿਲੀ ਗੱਲ ਇਹ ਤਾਂ ਜਿੱਦਾਂ ਕੰਮ ਸਾਡੇ ਮਾਪੇ ਨੇ ਕੀਤਾ, ਸਾਡੇ ਬਜ਼ੁਰਗਾਂ ਨੇ ਕੀਤਾ, ਇੱਥੇ ਕਾਫੀ ਕੰਮ ਕੀਤਾ, ਆ ਕੇ ਇੱਥੇ ਇਮੀਗ੍ਰੇਟ ਹੋਇਆ, ਕੰਮ ਕੀਤਾ, ਸੋ ਅਸੀਂ ਪੜ੍ਹ ਸਕਿਆ। ਸੋ ਉਹਦੇ ਹਿਸਾਬ ਦੇ ਨਾਲ ਜਿਹੜੇ ਹੁਣ ਪ੍ਰੋਬਲਮਸ ਆ ਰਹੇ ਆ, ਜਿਹੜੇ ਮਸਲੇ ਆ ਰਹੇ ਆ, ਉਹ ਇੱਕ ਤਾਂ ਐਜੂਕੇਸ਼ਨ ਦੇ ਬਾਰੇ ਆ, ਅਸੀਂ ਹੁਣ ਆਈਡੈਂਟੀ ਦੇ ਬਾਰੇ ਗੱਲ ਕੀਤੀ ਆ, ਪਰ ਪ੍ਰੋਬਲਮ ਇਹ ਆ ਕਿ ਸਾਡੇ ਜਿਹੜੇ ਬੱਚੇ ਆ, ਨੌਜਵਾਨ ਆ, ਉਹ ਆਪਣੇ ਕੇਸ ਨਹੀਂ ਰੱਖਦੇ, ਉਹ ਜਿਹੜੀ ਸਿੱਖ ਆਈਡੈਂਟੀ ਆ ਉਹਨਾਂ ਕੋਲ ਹੈ ਨਹੀਂ ਗੀ। ਜਿਹੜੀ ਸਾਡੀ ਓਵਰਵੈਲਮਿੰਗ ਕਮਿਊਨਿਟੀ ਆ, ਜ਼ਿਆਦਾ ਪਰਸੈਂਟੇਜ ਆ, ਉਹ ਆਪਣੇ ਕੇਸ ਨਹੀਂ ਰੱਖਦੇ। ਸੋ ਜਦੋਂ ਅਸੀਂ ਆਪਣੀ ਆਈਡੈਂਟੀ, ਸਿੱਖ ਆਈਡੈਂਟੀ ਦੇ ਬਾਰੇ ਗੱਲ ਕਰਦੇ ਹਾਂ, ਸਾਨੂੰ ਗੱਲ ਕਰਨੀ ਚਾਹੀਦੀ ਆ ਜਿਹੜੇ ਵੈਲਿਊਜ਼ ਆ, ਜਿਹੜੇ ਸਾਡੇ ਸਿੱਖ ਵੈਲਿਊਜ਼ ਆ, ਜਿਹੜੇ ਜਿਸ ਤਰੀਕੇ ਦੇ ਨਾਲ ਸਾਡੇ ਗੁਰੂਆਂ ਨੇ ਸਮਝਾਏ ਸੀਗੇ ਸਾਨੂੰ, ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਆ ਕਿ ਕੀ ਸਾਨੂੰ ਵੈਲਿਊਜ਼ ਰੱਖਣੇ ਚਾਹੀਦੇ ਆ। ਅੱਜ ਕੱਲ੍ਹ ਦੇ ਨੌਜਵਾਨਾਂ ਲਈ ਸੇਮ ਪ੍ਰੋਬਲਮਸ ਜਿੱਥੇ ਹੁਣ ਅਸੀਂ ਡਾਇਸਪੋਰਾ ਦੇ ਵਿੱਚ ਰਹਿੰਦੇ ਹਾਂ, ਅਮਰੀਕਾ ਦੇ ਵਿੱਚ ਰਹਿੰਦੇ ਹਾਂ, ਜਿਹੜੇ ਬਾਕੀ ਪ੍ਰੋਬਲਮਸ ਅਮਰੀਕੇ ਬੱਚਿਆਂ ਨੂੰ ਹੁੰਦੇ ਆ, ਉਹੀ ਸਾਡੇ ਬੱਚਿਆਂ ਨੂੰ ਹੁੰਦੇ ਆ। ਮਾਪੇ ਕੰਮ 'ਤੇ ਚੱਲ ਜਾਂਦੇ ਆ, ਬੱਚੇ ਸਕੂਲ ਜਾਂਦੇ ਆ, ਡਰੱਗਸ ਹੁੰਦੇ ਆ, ਐਲਕੋਹਲ ਹੁੰਦਾ ਆ, ਨਸ਼ਾ ਹੁੰਦਾ ਆ, ਬੱਚੇ ਕਈ ਵਾਰੀ ਪੜ੍ਹਾਈ ਨਹੀਂ ਕਰਦੇ, ਪਰ ਕਿਸ ਤਰੀਕੇ ਦੇ ਨਾਲ ਅਸੀਂ ਇਹ ਗੱਲਾਂ ਇਹਨੂੰ ਖਤਮ ਕਰਨ ਦੇ ਲਈ ਜਾਂ ਫਿਰ ਇਹਦਾ ਕੀ ਰੋਡ ਮੈਪ ਤੁਹਾਡੀ ਮੂਵਮੈਂਟ ਨੇ ਤਿਆਰ ਕੀਤਾ ਜਿਸ ਦੇ ਨਾਲ ਤੁਸੀਂ ਜੁੜੇ ਹੋਏ? ਸੋ ਹੁਣ ਜਿਹੜਾ ਰੋਡ ਮੈਪ ਆ, ਸਾਡੇ ਨੌਜਵਾਨਾਂ ਨਾਲ ਜੁੜਨਾ ਚਾਹੀਦਾ ਆ। ਜਿਹੜੇ ਮਾਪੇ ਆ, ਉਹਨਾਂ ਨੇ ਕਾਫੀ ਕੰਮ ਕੀਤਾ, ਕਾਫੀ ਤਰੱਕੀ ਕੀਤੀ ਆ, ਸੋ ਉਹਨਾਂ ਦੇ ਬੱਚੇ ਪੜ੍ਹ ਸਕੇ ਇੱਥੇ, ਪਰ ਪ੍ਰੋਬਲਮ ਹੁਣ ਆ ਰਹੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਡਾਕਟਰ ਬਣੇ, ਲੋਇਰ ਬਣੇ, ਇੰਜੀਨੀਅਰ ਬਣੇ, ਪਰ ਜਿਸ ਤਰੀਕੇ ਨਾਲ ਬੱਚੇ ਚਾਹੁੰਦੇ ਆ, ਕਈ ਵਾਰੀ ਮਾਪੇ ਸਪੋਰਟ ਨਹੀਂ ਕਰਦੇ, ਕਾਫੀ ਵਾਰੀ ਮਾਪੇ ਕੰਮ 'ਤੇ ਵੀ ਜਾਂਦੇ ਆ। ਸੋ ਸਾਡੀ ਕੋਸ਼ਿਸ਼ ਆ ਬੱਚਿਆਂ ਨਾਲ ਜੁੜੀਏ, ਜਿਹੜੇ ਬੱਚੇ ਅਸੀਂ ਹੁਣ ਇੱਥੇ ਜੰਮੇ ਹੋ ਪਲੇ ਹੋ ਆ, ਪੜ੍ਹਾਈ ਕੀਤੀ ਆ, ਅਸੀਂ ਉਹਨਾਂ ਦੇ ਨਾਲ ਜੁੜ ਸਕੀਏ, ਕਰਕੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਕਿਸ ਤਰ੍ਹਾਂ ਅਚੀਵ ਕਰਿਆ ਹੈ। ਜਦੋਂ ਮੈਂ ਅਪਲਾਈ ਕਰ ਰਹੀ ਸੀ ਕਾਲਜ ਦੇ ਵਿੱਚ, ਮੇਰੀ ਬੜੀ ਭੈਣ ਨੇ ਬਰਕਲੀ ਐਡਮਿਸ਼ਨਸ ਲਿੱਤੀ ਸੀਗੀ, ਸੋ ਉਹਦੇ ਹਿਸਾਬ ਦੇ ਨਾਲ ਮੈਂ ਗਾਈਡੈਂਸ ਲਈ ਸੀ, ਪਰ ਅੱਜ ਕੱਲ੍ਹ ਦੇ ਬੱਚਿਆਂ ਨੇ ਜਦੋਂ ਪੇਰੈਂਟਸ ਨੇ ਇੱਥੇ ਪੜ੍ਹਾਈ ਨਹੀਂ ਕੀਤੀ, ਉਹ ਕਿਸ ਤਰੀਕੇ ਦੇ ਨਾਲ ਸਮਝ ਸਕਦੇ ਆ ਕਿ ਐਜੂਕੇਸ਼ਨ ਪ੍ਰੋਸੈਸ ਕੀ ਆ। ਸੋ ਸਾਡੀ ਇਹੀ ਕੋਸ਼ਿਸ਼ ਆ, ਇੱਕ ਤਾਂ ਜਿਹੜੇ ਕਾਲਜ ਐਡਮਿਸ਼ਨਸ ਆ ਉਹ ਬੱਚਿਆਂ ਨਾਲ ਅਸੀਂ ਸਮਝੌਤਾ ਕਰੀਏ ਕਿ ਉਹਨਾਂ ਦੀ ਦੱਸੀਏ ਕਿ ਉਹਨਾਂ ਦੀ ਮਦਦ ਵੀ ਕੀ ਕਰੀਏ, ਅਤੇ ਦੂਸਰੀ ਗੱਲ ਆ ਕਿ ਉਹਨਾਂ ਦੇ ਨਾਲ ਜਿਹੜੇ ਸਿੱਖ ਵੈਲਿਊਜ਼ ਆ ਉਹਨਾਂ ਦੇ ਨਾਲ ਅਸੀਂ ਜੁੜੀਏ, ਸੋ ਸੇਵਾ ਯੂਨੋ ਕਰੀਏ ਉਹਨਾਂ ਦੇ ਨਾਲ। ਸੋ ਅਸੀਂ ਕਾਫੀ ਲੋਕਲੀ ਹਾਈ ਸਕੂਲਸ ਵਿੱਚ ਕੰਮ ਕਰਦੇ ਹਾਂ ਬੱਚਿਆਂ ਦੇ ਨਾਲ, ਸੋ ਕਾਫੀ ਵਾਰੀ ਅਸੀਂ ਗਰੀਬਾਂ ਨਾਲ ਮੀਲ ਸ਼ੇਅਰ ਕਰਦੇ ਹਾਂ, ਲੰਗਰ ਬਣਾਉਂਦੇ ਹਾਂ। ਸੋ ਜਿਹੜੇ ਗੁਰੂ ਘਰ ਸਾਡੇ ਬਣੇ ਹੋ ਆ, ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਵੈਲਿਊਜ਼ ਨੇ ਬਣਾਏ ਸੀਗੇ ਲੰਗਰ, ਉਹ ਅਸੀਂ ਗਰੀਬਾਂ ਨਾਲ ਬਣਦੇ ਹਾਂ। ਗੁਰੂ ਘਰ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ?
ਗੁਰੂ ਘਰ ਤੋਂ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਸਪੋਰਟ, ਯੂ ਨੋ ਗੁਰੂ ਘਰ ਬਣਾਇਆ ਵਾ ਪਰ ਕਿਸ ਕਿਸ ਰੀਜ਼ਨ ਲਈ ਬਣਾਇਆ ਵਾ। ਸੋ ਸਾਡੀ ਕੋਸ਼ਿਸ਼ ਆ ਕਿ ਜਿਹੜੇ ਲੰਗਰ ਹਾਊਸ ਬਣਾਇਆ ਵਾ ਉਹ ਵੀ ਅਸੀਂ ਜਿਸ ਤਰੀਕੇ ਦੇ ਨਾਲ ਪਹਿਲਾਂ ਬਣੇ ਹੋ ਸਕੇ ਉਹੀ ਤਰੀਕੇ ਦੇ ਨਾਲ ਅਸੀਂ ਰੱਖੀਏ। ਸੋ ਜਿਹੜੇ ਅਸੀਂ ਹੁਣ ਅਸੀਂ ਹੋਮਲੈਸ ਵੀ ਅਸੀਂ ਉਹਨਾਂ ਨੂੰ ਵੀ ਸੱਦਿਆ ਸੱਚਾ ਸੌਦਾ ਮੀਲ ਸ਼ੇਅਰਿੰਗ ਕਿ ਅਸੀਂ ਗਰੀਬਾਂ ਦੇ ਨਾਲ ਅਸੀਂ ਖਾਣਾ ਵੰਡਦੇ ਹਾਂ ਨਾ। ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਗਰੀਬਾਂ ਨੂੰ ਖਾਣਾ ਖਿਲਾਉਂਦੇ ਹਾਂ, ਕਿਉਂਕਿ ਲੰਗਰ ਦਾ ਇਹ ਨਹੀਂ ਮਤਲਬ ਹੈਗਾ। ਉੱਥੇ ਅਸੀਂ ਮੀਲ ਸ਼ੇਅਰ ਕਰਦੇ ਹਾਂ ਕਿਉਂਕਿ ਇਸ ਤਰੀਕੇ ਦੇ ਨਾਲ ਸਾਡੇ ਸਿੱਖੀ ਨੇ ਸਿਖਾਇਆ ਸਾਨੂੰ, ਹੈ ਨਾ। ਸੋ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਹੁਣ ਬੱਚੇ ਅਸੀਂ ਦੇਖ ਸਕਦੇ ਹਾਂ ਜਿਹੜੇ ਹਾਈ ਸਕੂਲ ਬੱਚੇ ਆ 16 ਸਾਲਾਂ 17 ਸਾਲਾਂ ਤੋਂ ਬਾਅਦ ਤਾਂ ਆਉਂਦੇ ਨਹੀਂ ਹੈਗੇ। ਵੈਸੇ ਤਾਂ ਮੈਰਿਜ ਤੋਂ ਬਾਅਦ ਬੱਚਿਆਂ ਹੋਣ ਤੋਂ ਬਾਅਦ ਸ਼ਾਇਦ ਫਿਰ ਆਉਂਦੇ ਆ, ਪਰ ਜਿਹੜਾ ਏਜ ਗੈਪ ਹੈਗਾ ਆ 15-16 ਸਾਲਾਂ ਤੱਕ 25 ਸਾਲਾਂ ਤੱਕ ਹੈ ਨਹੀਂ ਗੇ ਬੱਚੇ, ਹੈ ਨਾ। ਸੋ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਜੋੜ ਸਕੀਏ ਕਿ ਜਿਹੜੇ ਮੈਸੇਜ ਆ ਗੁਰਦੁਆਰੇ ਵਿੱਚ। ਹੁਣ ਦੂਸਰੀ ਗੱਲ ਆ ਕਿ ਜਿਹੜੀ ਪੰਜਾਬੀ ਆ ਉਹ ਵੀ ਥੋੜ੍ਹੀ ਜਿਹੀ ਘੱਟ ਰਹੀ ਆ ਨਾ, ਕਿ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ ਉਹ ਬੋਲਦੇ ਨਹੀਂ ਹੈਗੇ, ਕਿਉਂਕਿ ਅਮਰੀਕਾ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਆ। ਹੁਣ ਘਰ ਦੇ ਵਿੱਚ ਡਿਪੈਂਡ ਆ ਕਿ ਮਾਂ ਬਾਪ, ਮੇਰੀ ਨਾਨੀ ਪੰਜਾਬੀ ਬੋਲਦੀ ਸੀਗੀ ਛੋਟੀ ਹੁੰਦੀ, ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੋ ਪੰਜਾਬੀ ਬੋਲਣੀ ਪੈਂਦੀ ਸੀ, ਕਰਕੇ ਨਾਨੀ ਨੂੰ ਪਤਾ ਨਹੀਂ ਸੀਗਾ ਇੰਗਲਿਸ਼ ਬੋਲਣੀ ਕਿੱਦਾਂ, ਹੈ ਨਾ। ਸੋ ਮੈਂ ਕਾਫੀ ਮਾਣ ਰੱਖਦੀ ਹਾਂ ਇਸ ਗੱਲ ਦੀ ਕਿ ਸਾਡੀ ਨਾਨੀ ਨੇ ਯੂ ਨੋ ਹਮੇਸ਼ਾ ਸਾਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬੀ ਦੇ ਵਿੱਚ ਬੋਲੋ। ਸਾਡੀ ਮਾਂ ਪੇ ਨੇ ਫੋਕਸ ਕੀਤਾ ਸੀਗਾ ਕਿ ਪੰਜਾਬੀ ਦੇ ਵਿੱਚ ਬੋਲੋ। ਆਈ ਮੀਨ ਮੇਰੀ ਹਜੇ ਪੰਜਾਬੀ ਇੰਨੀ ਵਧੀਆ ਨਹੀਂ ਹੈਗੀ, ਬਟ ਫਿਰ ਵੀ ਕੋਸ਼ਿਸ਼ ਕਰਦੇ ਹਾਂ ਨਾ। ਸੋ ਅਸੀਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਜਿਹੜੇ ਵੈਲਿਊਜ਼ ਆ ਸਿੱਖੀ ਦੇ, ਯੂ ਨੋ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਪਿਆਰ ਨਾਲ ਰਹਿਣਾ, ਹੋਮੇ ਨਹੀਂ ਜ਼ਿਆਦਾ ਕਰਨੀ, ਰਾਈਟ, ਈਗੋ ਜਿਹੜਾ ਆ ਉਹ ਵੀ ਤੁਹਾਨੂੰ ਲੱਗਦਾ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ, ਪਲਵਿੰਦਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਲੱਗੇ। ਤੁਹਾਨੂੰ ਲੱਗਦਾ ਕਿ ਕੰਟਰੀਬਿਊਸ਼ਨ ਦੇ ਵਿੱਚ ਕਮੀ ਰਹੇਗੀ, ਪ੍ਰਚਾਰ ਨਹੀਂ ਹੋ ਪਾਇਆ ਲੱਗਦਾ ਤੁਹਾਨੂੰ? ਦੈਟਸ ਨੰਬਰ 1 ਪ੍ਰੋਬਲਮ ਆਫ ਦਿਸ ਸੋਸਾਇਟੀ ਟੁਡੇ। ਜੀ, ਜਿੱਥੇ ਪ੍ਰਚਾਰ ਹੋਣਾ ਸੀ ਉਹਨਾਂ ਨੇ ਕੀ ਕੀਤਾ, ਆਪਦੇ ਰਿਸ਼ਤੇਦਾਰ ਅਨਪੜ੍ਹ ਪ੍ਰਚਾਰਕ ਤੌਰ ਤੇ ਰੱਖ ਕੇ ਲੱਖਾਂ ਰੁਪਏ ਤਨਖਾਹ ਦੇ ਰਹੇ ਆ। ਉਹ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਇੱਕ ਓਂਕਾਰ ਦਾ ਕੀ ਮਤਲਬ, ਉਹਨੇ ਪ੍ਰਚਾਰ ਕੀ ਕਰਨਾ? ਜੇ ਨੰਬਰ 1 ਪ੍ਰੋਬਲਮ ਇਸ਼ੂ ਇਹੀ ਆ ਕਿ ਅੱਜ ਸਾਡੀ ਕੌਮ ਦੇ ਵਿੱਚ ਪ੍ਰਚਾਰ ਬਹੁਤ ਘੱਟ ਹੈ। ਜਿਹੜੇ ਪ੍ਰਚਾਰ ਕਰਦੇ ਆ 4-5 ਬੰਦੇ ਨੂੰ ਮੈਨੂੰ ਪਤਾ, ਜਦੋਂ ਉਹ ਬੋਲਦੇ ਆ ਵਿਚਾਰ ਕਰਨ ਲੱਗਦੇ ਆ ਉਹਦੇ ਮਗਰ ਗੁੰਡੇ ਪੈ ਜਾਂਦੇ ਆ, ਉਹਨਾਂ 'ਤੇ ਬੋਤਲਾਂ ਸਿੱਟਦੇ ਆ ਪ੍ਰਚਾਰ ਕਰਦੇ, ਫਿਰ ਤੋਂ ਕੀ ਬਣੇਗਾ? ਸਿਆਪੇ ਅੰਦਾਜ਼ਾ ਲਾ। ਬਾਕੀ ਮੈਂ ਬੀਬੀ ਪਰਵਿੰਦਰ ਕੌਰ ਨੂੰ ਰੀਲੀ ਕਮੈਂਟ ਕਰਦਾ, ਇਹਨਾਂ ਨੇ ਆਰਗੇਨਾਈਜ਼ ਕੀਤਾ, ਸ਼ੀ ਇਜ਼ ਮਾਸਟਰ ਡਿਗਰੀ PhD ਕਰਨ ਲੱਗੇ ਆ ਅਤੇ ਇਹ ਬੜੀ ਐਫਰਟ ਕਰ ਰਹੇ ਆ ਫੁੱਲ ਟਾਈਮ ਆਲਮੋਸਟ ਟੂ ਮੋਬਿਲਾਈਜ਼, ਅਤੇ ਜਿਹੜੀ ਜਨਰੇਸ਼ਨ ਉੱਥੇ ਸਾਨੂੰ ਹੋਪ ਹੈਗੀ ਆ ਕਿ ਵਾਹਿਗੁਰੂ ਭਲੀ ਕਰੇ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਅਸੀਂ ਤਾਂ ਜਦੋਂ ਸਿੱਖਣਾ ਸੀ ਸਿੱਖ ਲਿਆ, ਅਤੇ ਮੈਂ ਕਿਹਾ ਮੈਂ ਤਾਂ ਪਹਿਲਾਂ ਮੈਂ ਇੰਗਲਿਸ਼ ਦੇ ਵਿੱਚ ਸ਼ੁਰੂ ਕੀਤਾ ਸੀ, ਉਹਦਾ ਰੀਜ਼ਨ ਸੀ ਕਿ ਬੱਚਿਆਂ ਕਰਕੇ, ਕਿਉਂਕਿ ਉਹਨਾਂ ਦੀ ਜਿਹੜੀ ਕਮੈਂਡ ਆ ਪੰਜਾਬੀ ਲੈਂਗੁਏਜ ਨਹੀਂ, ਪਰ ਫਿਰ ਬੀਬੀ ਨੇ ਚੰਗਾ ਬੋਲਿਆ। ਨਹੀਂ, ਸ਼ੀ ਡਿਡ ਅ ਗੁੱਡ ਜੋਬ। ਆਈ ਥਿੰਕ ਸਾਨੂੰ ਲੋੜ ਹੈਗੀ ਹੈ ਨਵੀਂ ਪਨੀਰੀ ਨੂੰ ਇਸੇ ਤਰੀਕੇ ਨਾਲ ਜੋੜਨ ਦੀ। ਡਾਕਟਰ ਸਾਹਿਬ, ਤੁਸੀਂ ਇੱਕ ਕਈ ਆਰਟੀਕਲਸ ਵੀ ਤੁਸੀਂ ਲਿਖੇ ਹਨ ਔਰ ਕਈ ਪਬਲਿਸ਼ ਵੀ ਹੋਏ ਹਨ ਤੁਹਾਡੇ ਆਰਟੀਕਲ, ਤੁਸੀਂ ਮੈਗਜ਼ੀਨ ਵੀ ਲਿਖਦੇ ਰਹੇ ਹੋ, ਕੰਟਰੀਬਿਊਸ਼ਨ ਆਫ ਸਿੱਖਸ ਇਨ ਅਮੈਰੀਕਾ ਤੁਹਾਨੂੰ ਕੀ ਲੱਗਦਾ, ਕੀ ਹੈਗਾ? ਦੇਖੋ ਜੀ, ਸਾਨੂੰ ਬੜਾ ਕਰਨਾ ਚਾਹੀਦਾ ਸਾਡੇ ਬਜ਼ੁਰਗਾਂ 'ਤੇ। ਇੰਪੀਰੀਅਲ ਵੈਲੀ ਦੇ ਵਿੱਚ ਉਹ ਬਿਲਕੁਲ ਜ਼ਮੀਨ ਸੀ ਜਿਹੜੀ ਕਿ ਬੇਆਬਾਦ ਸੀ, ਉੱਥੇ ਝਾੜੀਆਂ ਹੁੰਦੀਆਂ ਸਭ ਕੁਝ। ਆਪਣੇ ਬਜ਼ੁਰਗ ਆਏ, ਉੱਥੇ ਆ ਕੇ ਉਹਨਾਂ ਨੂੰ ਬਾਤ ਕੀਤਾ, ਸਭ ਤੋਂ ਪਹਿਲੀ ਕੰਟਰੀਬਿਊਸ਼ਨ ਇਹ ਸੀ। ਫਿਰ ਇੱਥੇ ਅੱਜ ਚੌਲ ਨੇ, ਇਹ ਸਾਡੇ ਬਜ਼ੁਰਗਾਂ ਨੇ ਲਿਆਉਂਦੇ, ਪਹਿਲਾਂ ਨਹੀਂ ਸੀ ਹੁੰਦੇ। ਕਪਾਹ ਬਜ਼ੁਰਗਾਂ ਨੇ ਇੰਟਰੋਡਿਊਸ ਕੀਤੀ ਪੰਜਾਬ ਤੋਂ ਬੀਜ ਲਿਆ ਕੇ, ਹੁਣ ਤਾਂ ਕਾਫੀ ਹੋਰ ਇੰਪਰੂਵਮੈਂਟ ਹੋ ਗਈ ਆ। ਅਤੇ ਫਿਰ ਜਿਹਨਾਂ ਨੇ
ਜਿਹੜੇ ਫਰੂਟ ਗਰੋਅਰ ਨੇ, ਜਿਹੜਾ ਪੀਚ ਕਿੰਗ ਆ ਉਹ ਸਿੱਖ ਹੈ, ਜਾਂ ਰੇਜ਼ਨ ਕਿੰਗ ਆ ਉਹ ਵੀ ਸਿੱਖ ਹੈ, ਅਤੇ ਇਸ ਵਕਤ ਕੈਲੀਫੋਰਨੀਆ ਸਭ ਤੋਂ ਪ੍ਰੋਮੀਨੈਂਟ ਆ, ਮੈਂ ਪਰਸਨਲੀ ਮੇਰੇ ਫਰੈਂਡਸ ਨੇ ਉਹ। ਸੋ ਨੰਬਰ ਜਿਹੜਾ ਇੱਥੇ ਆਪਣੇ ਜਿਹੜੇ ਬੰਦਾ ਹੈ ਉੱਥੇ ਉਹਨੇ ਕੰਮ ਕੀਤਾ, ਹੁਣ ਕਾਫੀ ਲੋਕਾਂ ਕੋਲ ਨੰਬਰ ਮਿਲਸ ਆਪਣੀਆਂ ਨੇ ਵੈਨਕੂਵਰ ਵਿੱਚ ਖਾਸ ਕਰਕੇ। ਅਤੇ ਜਿਹੜਾ ਫਾਈਬਰ ਆਪਟਿਕਸ ਦਾ ਫਾਦਰ ਹੋਇਆ ਡਾਕਟਰ ਨਰਿੰਦਰ ਸਿੰਘ ਕਪਾਨੀ, ਮੈਂ ਇੱਕ ਹਫ਼ਤਾ ਉਹਨਾਂ ਨਾਲ ਸਪੈਂਡ ਕੀਤਾ। ਅੱਜ ਜਿਹੜੀ ਟੈਕਨੋਲੋਜੀ ਅਸੀਂ ਇੰਜੋਏ ਕਰ ਰਹੇ ਹਾਂ ਨਾ, ਅਤੇ ਉਹਨਾਂ ਦੀ ਦੇਣ। ਅਸੀਂ ਇੰਪੀਰੀਅਲ ਕਾਲਜ ਲੰਡਨ ਦੇ ਵਿੱਚ ਇਕੱਠੇ ਸੀਗੇ, ਉੱਥੇ ਉਦੋਂ ਕੰਮ ਕਰਦੇ ਸੀ, ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਕੀ ਸਾਰਾ ਦਿਨ ਬਿਜ਼ੀ ਰਹਿੰਦੇ ਆ। ਅਤੇ ਉਹਨਾਂ ਦੀ ਦੇਣ ਅੱਜ ਸਾਰੀ ਦੁਨੀਆ ਭਰ 'ਚ, ਸਾਨੂੰ ਬੜਾ ਮਾਣ ਹੋਣਾ ਚਾਹੀਦਾ ਜੀ। ਉਸ ਸਿੱਖਿਆ ਦੇ ਦੇਣ ਹੈਗੀ ਹੈ, ਕੰਟਰੀਬਿਊਸ਼ਨ ਸਿੱਖਾਂ ਦਾ ਰਿਹਾ, ਔਰ ਜਿਸ ਤਰੀਕੇ ਨਾਲ ਤੁਸੀਂ ਦੱਸਿਆ। ਅਤੇ ਮੇਰੇ ਨਾਲ ਹੋਰ ਵੀ ਕਈ ਮਹਿਮਾਨ ਮੌਜੂਦ ਹਨ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲਵਾਂਗੇ, ਉਹਨਾਂ ਦਾ ਵੀ ਆਪਾਂ ਵਿਚਾਰ ਲਵਾਂਗੇ, ਲੇਕਿਨ ਇੱਥੇ ਮੈਨੂੰ ਸਮਾਂ ਇਜਾਜ਼ਤ ਦੇ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹੁਣ ਸਿੱਧਾ ਚੱਲਦੇ ਹਾਂ ਅਸੀਂ ਆਪਣੇ ਮਹਿਮਾਨਾਂ ਦੇ ਕੋਲ, ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਮਨਜੀਤ ਸਿੰਘ ਜੀ ਹੁਣ ਮੁਖਾਤਿਬ ਨੇ, ਜੋ ਕਿ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਚਲਾਉਣ ਦਾ ਜ਼ਿੰਮਾ ਉਹਨਾਂ ਦੇ ਉੱਤੇ ਹੈ, ਸੇਵਾ ਨਿਭਾਉਂਦੇ ਹੋਏ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਇਸ ਏਰੀਆ ਦੇ ਵਿੱਚ ਜਾਂ ਫਿਰ ਸੁਧਰਨ ਦੇ ਲਈ। ਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਵੇਂ ਭਾਈ ਸਾਹਿਬ ਨੇ, ਹਰਕੀਰਤ ਸਿੰਘ ਨੇ ਦੱਸਿਆ ਕਿ ਮੈਂ ਗੁਰਦੁਆਰਾ ਰੋਜ਼ਵਿਲ ਸੱਚਖੰਡ ਦੇ ਵਿੱਚ ਲਾਇਬ੍ਰੇਰੀ ਦਾ ਕੰਮ ਇਹ ਜੁਮਾ 6-7 ਸਾਲ ਤੋਂ ਮੈਂ ਕਰ ਰਿਹਾ, ਅਤੇ ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਇਹ ਕਿੱਥੋਂ ਆਈ ਮੇਰੇ ਦਿਮਾਗ ਦੇ ਵਿੱਚ ਕਿ ਮੈਂ 30 ਸਾਲ ਪਹਿਲਾਂ ਅਮੈਰੀਕਾ 'ਚ ਆਇਆ ਸੀ, ਉਸ ਤੋਂ ਬਾਅਦ ਮੈਂ ਕਿਤਾਬਾਂ ਪੜ੍ਹਨੀਆਂ ਬੰਦ ਕਰਤੀਆਂ, ਹਾਲਾਂਕਿ ਮੈਂ ਪੋਸਟ ਗ੍ਰੈਜੂਏਟ ਆਪਣੇ ਪੰਜਾਬੀ ਦੇ ਵਿੱਚ ਵੀ ਹਾਂ, ਲਾਅ ਗ੍ਰੈਜੂਏਟ ਹਾਂ। ਕਿਤਾਬਾਂ ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਹੋ ਗਏ ਮੈਂ ਬੰਦ ਕਰ ਦਿੱਤੀਆਂ, 20 ਸਾਲ ਕੁਛ ਨਹੀਂ ਪੜ੍ਹਿਆ। ਇੱਕ ਦਿਨ ਮੈਨੂੰ ਖਿਆਲ ਆਇਆ ਵੀ ਇਹ ਦਿਮਾਗ 'ਤੇ ਖੜ ਗਿਆ ਇੱਥੇ, ਅਤੇ ਮੈਂ ਪੜ੍ਹਨਾ ਸ਼ੁਰੂ ਕੀਤਾ ਦੁਬਾਰ ਤੋਂ। ਫਿਰ ਸਾਡੇ ਇੱਥੇ ਭਾਈ ਸਾਹਿਬ ਹੈਗੇ ਆ ਬੈਂਸ ਸਾਹਿਬ, ਹਰਵਿੰਦਰ ਸਿੰਘ ਬੈਂਸ, ਉਹਨਾਂ ਨੇ ਅਤੇ ਮੈਂ ਸਲਾਹ ਕੀਤੀ ਵੀ ਗੁਰਦੁਆਰੇ ਦੇ ਵਿੱਚ ਜੇ ਕਮਰਾ ਕੋਈ ਮਿਲ ਜਾਏ ਤਾਂ ਅਸੀਂ ਲਾਇਬ੍ਰੇਰੀ ਖੋਲ੍ਹੀਏ। ਅਸੀਂ ਉਹਨਾਂ ਦੇ ਕੋਲ 150 ਕਿਤਾਬ ਸੀ ਭਾਈ ਸਾਹਿਬ ਹਰਵਿੰਦਰ ਸਿੰਘ ਬੈਂਸ, ਉਹਨਾਂ ਦੇ ਕੋਲ 30-40 ਮੇਕੋ ਕਿਤਾਬਾਂ ਘਰ ਪਈਆਂ ਸੀ। ਅਸੀਂ ਕਿਤਾਬਾਂ ਲਿਆ ਕੇ ਰੱਖ ਦਿੱਤੀਆਂ, ਗੁਰੂ ਘਰ ਦੀ ਕਮੇਟੀ ਨੇ ਸਾਨੂੰ ਕਮਰਾ ਦੇ ਦਿੱਤਾ, ਸ਼ੈਲਫਾਂ ਦੇ ਦਿੱਤੀਆਂ। ਅੱਜ ਸਾਡੇ ਕੋਲ 1500 ਤੋਂ 2000 ਦੇ ਵਿਚਾਲੇ ਕਿਤਾਬਾਂ ਹੈਗੀਆਂ, ਜਿਹੜੀ ਕੋਈ ਜ਼ਿਆਦਾ ਇਹ ਨਹੀਂ ਹੈ ਵੀ ਉਹ ਸਿਰਫ ਸਿੱਖੀ ਅਤੇ ਧਾਰਮਿਕ ਹੀ ਹੋਣ। ਸਾਡੇ ਕੋਲ ਲਿਟਰੇਚਰ ਵੀ ਹੈ, ਫਿਕਸ਼ਨ ਵੀ ਹੈ, ਹਿੰਦੀ ਵੀ ਹੈ, ਇੰਗਲਿਸ਼ ਦੇ ਵਿੱਚ ਕਿਤਾਬਾਂ ਬਹੁਤ ਹਨ, ਬਹੁਤ ਵਧੀਆ ਕਿਤਾਬਾਂ ਹਨ। ਸੋ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਅਤੇ ਹੁਣ ਅਸੀਂ ਮੈਂ ਅਕਸਰ ਹੀ ਜਦੋਂ ਵੀ ਕੋਈ ਗੁਰਪੁਰਬ ਹੁੰਦਾ ਆ ਜੀ, ਅਤੇ ਸ਼ਬਦ ਦਾ ਲੰਗਰ ਲਗਾਉਂਦੇ ਹਾਂ ਅਸੀਂ। ਕਿਤਾਬਾਂ ਜਿਹੜੀਆਂ ਜ਼ਿਆਦਾਤਰ ਮੇਰਾ ਕੋਸ਼ਿਸ਼ ਇਹੋ ਹੀ ਹੁੰਦੀ ਹੈ, ਜਿਹੜੀਆਂ ਕਿਤਾਬਾਂ ਛੋਟੀਆਂ ਕਿਤਾਬਾਂ ਇੰਗਲਿਸ਼ ਦੇ ਹੋਣ, ਅਤੇ ਉਹ ਮੈਂ ਬੱਚਿਆਂ ਨੂੰ ਹਮੇਸ਼ਾ ਅਸੀਂ ਵੰਡਣ ਦੀ ਕੋਸ਼ਿਸ਼ ਕਰਦੇ ਹਾਂ। ਸ਼ਬਦ ਦਾ ਲੰਗਰ ਜਿਹੜਾ ਉਹ ਤੁਸੀਂ ਲਾਉਂਦੇ ਹੋ, ਜਿਸ ਕਰਕੇ ਬੱਚੇ ਜਿਹੜੇ ਨੇ ਉਹ ਐਜੂਕੇਟ ਹੁੰਦੇ ਨੇ। ਤੁਹਾਡੇ ਨਾਲ ਮੁਖਾਤਿਬ ਨੇ ਹਰਵਿੰਦਰ ਸਿੰਘ ਗਿੱਲ ਜੀ, ਉਹਨਾਂ ਦੇ ਵੀ ਵਿਚਾਰ ਮੈਂ ਜ਼ਰੂਰ ਜਾਣਨਾ ਚਾਹਾਂਗਾ ਜੀ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਧੰਨਵਾਦੀ ਹਾਂ ਜੀ ਜਸ ਪੰਜਾਬੀ TV ਦਾ, ਜੋ ਕਿ ਸਾਡੇ ਸੈਕਰਾਮੈਂਟੋ ਰੋਜ਼ਵਿਲ ਦੇ ਏਰੀਏ ਵਿੱਚ ਆ ਕੇ ਸਾਡੇ ਸਾਰਿਆਂ ਦੇ ਵਿਚਾਰ ਇਹਨਾਂ ਨੇ ਜਾਣਨੇ ਚਾਹੇ ਆ, ਅਤੇ ਉਹਨਾਂ ਦਾ ਹੱਲ ਵੀ ਇਹੋ
ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜਿਵੇਂ ਕਿ ਡਾਕਟਰ ਸਰਾਓ ਨੇ ਆਪ ਜੀ ਨੂੰ ਬੜੇ ਹੀ ਵਿਸ਼ੇਸ਼ ਤਰੀਕੇ ਦੇ ਨਾਲ ਵਿਸਥਾਰ ਦੇ ਵਿੱਚ ਦੱਸਿਆ ਹੈ ਕਿ ਕਿਸਾਨੀ ਕਿਸ ਤਰ੍ਹਾਂ ਵੱਧ ਰਹੀ ਹੈ ਅਤੇ ਹੁਣ ਜੋ ਕਿਸਾਨੀ ਹੈ ਇੰਡੀਆ ਦੇ ਵਿੱਚ ਉਹਦਾ ਮੇਨ ਮੁੱਦਾ ਇਹ ਹੈ ਕਿ ਲੋਕ ਖੁਦਕੁਸ਼ੀਆਂ ਬਹੁਤ ਕਰ ਰਹੇ ਨੇ। ਉਹ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ? ਕਿਉਂਕਿ ਲੋਕਾਂ ਨੇ ਆਪਣੇ ਆਮਦਨ ਤੋਂ ਵੱਧ ਖਰਚੇ ਵਧਾ ਲਏ ਹਨ, ਜਿਵੇਂ ਕਿ ਵੱਡੇ ਵੱਡੇ ਵਿਆਹ ਅਤੇ ਵੱਡੀਆਂ ਵੱਡੀਆਂ ਗੱਡੀਆਂ ਦੇਖਾ ਦੇਖੀ ਲੋਕਾਂ ਦੇ ਵੱਲ ਦੇਖ ਕੇ ਰੱਖਣੀਆਂ, ਯਾਨੀ ਕਿ ਲੋਕ ਆਪਣੇ ਚਾਦਰ ਦੇ ਕੇ ਪੈਰ ਨਹੀਂ ਪਸਾਰ ਰਹੇ, ਇਸ ਕਰਕੇ ਆਪਾਂ ਬਹੁਤ ਜ਼ਿਆਦਾ ਉੱਥੇ ਉਲਝ ਗਏ ਹਾਂ। ਅਤੇ ਦੂਸਰੇ ਪਾਸੇ ਇਹ ਆ ਵੀ ਆਰਥਿਕ ਹਾਲਤ ਮੰਦੀ ਹੋਣ ਦਾ ਜ਼ਿਆਦਾ ਇੱਕ ਇਹ ਵੀ ਕਾਰਨ ਹੈ ਕਿ ਜਿਵੇਂ ਕਿ ਸਾਨੂੰ 1970 ਦੇ ਵਿੱਚ ਕਣਕ ਦਾ ਰੇਟ ਜਿਹੜਾ ਸੀ 70 ਰੁਪਏ ਕੁਇੰਟਲ ਸੀਗਾ ਅਤੇ ਹੁਣ ਉਹਦਾ ਰੇਟ ਜਿਹੜਾ ਹੈ 1400-1500 ਰੁਪਈਆ ਕੁਇੰਟਲ ਹੈ। ਜਦਕਿ ਜੇ ਤੁਸੀਂ ਇਨਫਲੇਸ਼ਨ ਨੂੰ ਦੇਖੋ ਉਦੋਂ ਦੇ ਹਿਸਾਬ ਨਾਲ ਹੋਣ ਦੇ ਨਾਲ ਅਤੇ ਇਸ ਵੇਲੇ ਕਣਕ ਦਾ ਰੇਟ ਜਿਹੜਾ ਆ ਘੱਟੋ ਘੱਟ 6-7000 ਰੁਪਈਆ ਕੁਇੰਟਲ ਹੋਣਾ ਚਾਹੀਦਾ, ਇੱਕ ਇਹ ਵੀ ਵੱਡਾ ਰੀਜ਼ਨ ਹੈ। ਅਤੇ ਦੂਸਰੇ ਪਾਸੇ ਜੋ ਹੈ ਉਹ ਹੈਗਾ ਆ ਕਿ ਲੋਕ ਦੇਖ ਕੇ ਖਰਚਾ ਨਹੀਂ ਕਰਦੇ ਅਤੇ ਦੂਸਰੇ ਪਾਸੇ ਜਿਹੜਾ ਇਨਫਲੇਸ਼ਨ ਜਿਹੜਾ ਹੈ ਉਹਦੇ ਜਿਹੜੇ ਜ਼ਿੰਮੇਦਾਰ ਦੀ ਜਿਹੜੀ ਫਸਲ ਹੈ ਉਹਨੂੰ ਮੈਚ ਨਹੀਂ ਕਰ ਰਿਹਾ, ਇਸ ਕਰਕੇ ਉਹ ਜਿਹੜਾ ਪਾੜਾ ਆ ਆਰਥਿਕਤਾ ਦਾ ਉਹ ਵੱਧਦਾ ਜਾ ਰਿਹਾ, ਦਿਨੋਂ ਦਿਨ ਵੱਧਦਾ ਜਾ ਰਿਹਾ, ਜ਼ਰੂਰੀ ਬਣ ਜਾਂਦਾ। ਤੁਹਾਡੀ ਗੱਲ ਤੋਂ ਮੈਂ ਸਹਿਮਤੀ ਰੱਖਦਾ। ਜਸਵੀਰ ਸਿੰਘ ਸਿੱਧੂ ਮੇਰੇ ਨਾਲ ਮੌਜੂਦ ਹਨ ਜਿਨ੍ਹਾਂ ਦੇ ਨਿਵਾਸ ਸਥਾਨ ਦੇ ਉੱਤੇ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਹਾਂ। ਜਸਵੀਰ ਸਿੰਘ ਸਿੱਧੂ ਜੀ, ਤੁਹਾਡੇ ਵਿਚਾਰ ਜਾਣਨਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜਸ ਪੰਜਾਬੀ ਟੀਮ ਨੂੰ ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜਿਹੜਾ ਸਾਡੇ ਰੋਜ਼ਲ ਏਰੀਏ 'ਚ ਆ ਕੇ ਤੁਸੀਂ ਲਾਇਵ ਮੁੱਦਾ ਕੀਤਾ। ਅਤੇ ਬਾਕੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਪੰਜਾਬ ਦੀ ਖੇਤੀ ਜੇ ਆਪਾਂ ਇੱਕ ਖੇਤ ਇੱਕ ਫਸਲ 'ਤੇ ਡਿਪੈਂਡ ਰਹੇ ਤਾਂ ਕਦੇ ਵੀ ਸਹੀ ਨਹੀਂ ਚੱਲ ਸਕਦਾ ਕੰਮ। ਤੁਹਾਨੂੰ ਹਰ ਤਰ੍ਹਾਂ ਦੀ ਫਸਲ ਬੀਜਣੀ ਚਾਹੀਦੀ ਆ ਅਤੇ ਆਪਣੀ ਜਿਹੜੀ ਫਸਲ ਆ ਜਾਂ ਸਬਜ਼ੀਆਂ ਉਹ ਆਪ ਬੀਜਣੀਆਂ ਚਾਹੀਦੀਆਂ। ਅਤੇ ਕੋਸ਼ਿਸ਼ ਕਰੋ ਤੁਸੀਂ ਜਿੱਦਾਂ ਅਸੀਂ ਇੱਥੇ ਆਪਦਾ ਸਮਾਨ ਆਪ ਵੇਚਦੇ ਹਾਂ ਅਤੇ ਇਹਨਾਂ ਨੂੰ ਵੀ ਉੱਥੇ ਆਪ ਕੋਸ਼ਿਸ਼ ਕਰਨੀ ਚਾਹੀਦੀ ਆ ਮੰਡੀਆਂ 'ਚ ਰਲਣ ਨੂੰ ਆਪਣਾ ਸਮਾਨ, ਜਿੱਦਾਂ ਵੀ ਸਬਜ਼ੀ ਹੈਗੀ ਆ ਕਿਤੇ ਸੜਕਾਂ 'ਤੇ ਖੜ੍ਹ ਕੇ ਜਾਂ ਉੱਦਾਂ ਵੀ ਤੁਸੀਂ ਸਪਲਾਈ ਡੋਰ ਟੂ ਡੋਰ ਵੀ ਕਰ ਸਕਦੇ ਹਾਂ ਅਤੇ ਇਹ ਕਰਨੀ ਚਾਹੀਦੀ ਆ, ਮੇਰੇ ਹਿਸਾਬ ਨਾਲ ਇਹ ਸਭ ਤੋਂ ਵਧੀਆ ਰਹੂਗਾ ਉਹਨਾਂ ਨੂੰ। ਜੀ ਜੀ ਜੀ, ਅਵਤਾਰ ਸਿੰਘ ਸਹੋਤਾ ਜੀ ਮੇਰੇ, ਉਹਨਾਂ ਦੇ ਵੀ ਮੈਂ ਵਿਚਾਰ ਜ਼ਰੂਰ ਜਾਣਨਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੀ ਕੌਮ ਤਾਂ ਸਦਾ ਚੜ੍ਹਦੀ ਕਲਾ 'ਚ ਰਹੀ ਆ ਔਰ ਚੜ੍ਹਦੀ 'ਚ ਹੀ ਰਹੇਗੀ। ਬਾਕੀ ਖੇਤੀ ਤਾਂ ਘਾਟੇ ਦਾ ਸੌਦਾ ਤੁਹਾਨੂੰ ਦੱਸੇ ਦਿੱਤਾ, ਉਹਦੇ ਤਾਂ ਸਰਵੇ ਹੀ ਘਾਟੇ ਦੇ ਨਿਕਲ ਰਹੇ ਆ ਕਿਉਂਕਿ ਮੁਨਾਫਾ ਤਾਂ ਖਰਚੇ ਤਾਂ ਬਾਅਦ ਦੀ ਗੱਲ ਆ, ਪਰ ਪਹਿਲਾਂ ਉਹਦੀ ਜਿਣਸ ਦੇ ਭਾਅ ਦੇ ਮੁਤਾਬਕ ਉਹ ਸੌਦਾ ਹੀ ਘਾਟੇ ਦਾ ਹੋ ਰਿਹਾ। ਇਸ ਕਰਕੇ ਤਾਂ ਬਾਕੀ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਵੀ ਅਸੀਂ ਕੋਈ ਹੋਰ ਚੀਜ਼ ਬੀਜ ਕੇ ਉਹਦੀ ਪੈਦਾਵਾਰ ਕਿਸ ਤਰ੍ਹਾਂ ਵਧਾ ਕੇ ਆਪਣੇ ਆਪ ਨੂੰ ਕੋਈ ਸੰਭਲ ਸਕੀਏ। ਜਿਹੜੀ ਚੀਜ਼ ਬੀਜਦੇ ਆ ਉਹ ਮੰਡੀਆਂ ਜਾ ਕੇ ਰੁਲਦੀ ਆ, ਉਹਨੂੰ ਕੋਈ ਖਰੀਦਦਾਰ ਨਹੀਂ ਲੱਜਦਾ, ਤਾਂ ਫਿਰ ਉਹ ਲੋਕ ਕਿੱਦਾਂ ਪੈਸਾ ਕਮਾ ਸਕਦੇ ਆ? ਪੈਸਾ ਨਹੀਂ ਬਣਾ ਪਾ ਰਹੇ, ਇਸ ਕਰਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਗੁਰਜੀਤ ਸਿੰਘ ਵੀ ਮੇਰੇ ਨਾਲ ਮੌਜੂਦ ਹਨ, ਉਹਨਾਂ ਦੇ ਵੀ ਆਪਾਂ ਵਿਚਾਰ ਜਾਣ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਸਾਰੇ ਜਸ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਡੇ ਜੋ ਵਿਚਾਰ ਹੈ ਉਹ ਸੁਣੇ। ਥੈਂਕ ਯੂ ਵੈਰੀ ਮੱਚ। ਮੇਰੇ ਨਾਲ ਹੋਰ ਵੀ ਮੁੱਖ ਮਹਿਮਾਨ ਇੱਥੇ ਮੌਜੂਦ ਹਨ ਜੋ ਕਿ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਨ, ਲਵਾਂਗੇ ਉਹਨਾਂ ਦੇ ਵੀ ਵਿਚਾਰ। ਸਿਰਫ ਮੈਨੂੰ ਇੱਥੇ ਰੁਕਣਾ ਪੈ ਰਿਹਾ ਨਿੱਕੇ ਜਿਹੇ ਵਕਤ ਲਈ, ਮਿਲਦੇ ਹਾਂ ਬ੍ਰੇਕ ਤੋਂ। ਦੋਸਤੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਾਡੀ ਟੀਮ ਨੇ ਡਿਸਾਈਡ ਕੀਤਾ ਕਿ ਆਪਾਂ ਥੋੜ੍ਹਾ ਜਿਹਾ ਇਸ ਪ੍ਰੋਗਰਾਮ ਨੂੰ ਐਕਸਟੈਂਡ ਕਰ ਰਹੇ ਕਿਉਂਕਿ ਬੜੇ ਸਾਰੇ ਸਪੀਕਰ ਸਾਡੇ ਨਾਲ ਮੌਜੂਦ ਹਨ ਜਿਹਨਾਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਗੈਸਟ ਵਜੋਂ। ਮੇਰੇ ਨਾਲ ਹੁਣ ਕੁਲਦੀਪ ਸਿੰਘ ਜੀ ਹਨ, ਉਹ ਵੀ ਆਪਣੇ ਵਿਚਾਰ ਸਾਡੇ ਨਾਲ ਰੱਖਣਾ ਚਾਹੁੰਦੇ ਹਨ। ਕੁਲਦੀਪ ਸਿੰਘ ਜੀ, ਕੀ ਵਿਚਾਰ ਰੱਖਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਜੀ ਜਸ ਪੰਜਾਬੀ ਦਾ ਧੰਨਵਾਦ ਕਰਦਾ, ਸਾਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਮੈਂ ਆਪਣੇ ਵਿਚਾਰ ਇਹ ਹੈ ਵੀ ਜਿਹੜੇ ਸਿੱਖ ਧਰਮ ਦੇ ਵਿੱਚ ਸਾਡੇ ਜ਼ਿਆਦਾਤਰ ਪ੍ਰੀਚਰਸ ਹੈ ਸਾਰੇ ਅਨਪੜ੍ਹ ਨੇ, ਮੋਸਟਲੀ ਉਹਨਾਂ ਨੂੰ ਐਜੂਕੇਸ਼ਨ ਘੱਟ ਹੈ, ਇਸ ਕਰਕੇ ਉਹ ਸਾਨੂੰ ਸਹੀ ਗਾਈਡ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਕੁਛ ਪੜ੍ਹੇ ਲਿਖੇ ਜਿਹੜੇ ਆ ਉਹ ਉਹਨਾਂ ਨੂੰ ਮਤਲਬ ਵਿਚਾਰ ਦੇਣ, ਉਹ ਅੱਗੇ ਸਾਨੂੰ ਪ੍ਰੀਚ ਕਰਨ ਅਤੇ ਸਾਡੇ ਬੱਚਿਆਂ ਨੂੰ ਅੱਗੇ ਗਾਈਡੈਂਸ ਦੇ। ਪੜ੍ਹੀ ਲਿਖੀ ਜਮਾਤ ਸਾਹਮਣੇ ਆਉਣੀ ਚਾਹੀਦੀ ਹੈ। ਸੁੱਖੀ ਸੇਖੋਂ ਜੀ ਵੀ ਮੌਜੂਦ ਹਨ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਸੁੱਖੀ ਜੀ ਕੀ ਵਿਚਾਰ ਰੱਖਣੇ ਚਾਹੋਗੇ? ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵੀ ਜਿੰਨੇ ਜਸ ਪੰਜਾਬੀ ਘਰ ਬੈਠੇ ਦਰਸ਼ਕ ਦੇਖ ਰਹੇ ਆ। ਸੋ ਅੱਜ ਆਪਾਂ ਮੁੱਦੇ ਦੇ ਵਿੱਚ ਬੈਠੇ ਹਾਂ, ਗੱਲ ਵੱਖਰੋ ਵੱਖਰੇ ਤਰ੍ਹਾਂ ਦੀ ਹੁੰਦੀ ਹੈ ਅਤੇ ਮੇਰੀ ਛੋਟੀ ਜਿਹੀ ਬੱਚੀ ਨੇ ਗੱਲ ਕੀਤੀ ਹੈ ਵੀ ਜਿਹੜਾ ਸਾਡਾ ਜਿਹੜੇ ਨਿਊ ਜਨਰੇਸ਼ਨ ਹੈ ਜਿਹੜੀ ਸਾਡੀ ਉਹ ਡਰੱਗਸ ਜਾਂ ਮਾਫੀਆ ਜਿਹੜਾ ਆਪਣਾ ਗੈਂਗਸ ਦੇ ਵਿੱਚ ਹੋਇਆ ਇਹ ਬਿਲਕੁਲ ਸਹੀ ਆ। ਮੈਂ ਸਪੋਰਟਸ ਦੇ ਨਾਲ ਜੁੜਿਆ ਹਾਂ, ਮੈਂ ਦੇਖਿਆ ਹੁਣ ਸਪੋਰਟਸ ਵੱਲ ਅਤੇ ਪੜ੍ਹਾਈ ਵੱਲ ਬਹੁਤ ਘੱਟ ਜਿਹੜੇ ਯੰਗ ਜਨਰੇਸ਼ਨ ਜਾ ਰਹੀ ਹੈ, ਸੋ ਜ਼ਿਆਦਾ ਇੱਧਰ ਨੂੰ ਨਸ਼ਿਆਂ ਵੱਲ ਨੂੰ ਅਤੇ ਮਾੜ ਧਾਰ ਸ਼ੁਰੂ ਕੀਤੀ ਹੈ। ਸੋ ਮੇਰੀ ਇਹੀ ਬੇਨਤੀ ਹੈ ਕਿ ਇਹ ਸਾਰੇ ਹੀ ਮਾੜੇ ਕੰਮ ਛੱਡ ਕੇ ਆਪਣੇ ਪੇਰੈਂਟਸ ਦਾ ਸਾਥ ਦਿਓ, ਪੜ੍ਹੋ ਅਤੇ ਸਪੋਰਟਸ ਨਾਲ ਜੁੜੋ। ਜੇ ਤੁਸੀਂ ਸਪੋਰਟਸ ਨਾਲ ਜੁੜਨਾ ਆ, ਤੁਸੀਂ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਜਿਹੜਾ ਅਸੀਂ ਰਨ ਕਰ ਰਹੇ ਹਾਂ 10-12 ਸਾਲ ਤੋਂ, ਤੁਸੀਂ ਸਾਡੇ ਨਾਲ ਕੰਟਰੈਕਟ ਕਰ ਸਕਦੇ ਹਾਂ। ਅਤੇ ਜਿਹੜੀ ਬੱਚੀ ਨੇ ਦੱਸਿਆ ਜਕਾਰਾ ਸੰਸਥਾ ਲਈ ਕੰਮ ਕਰਦੇ ਆ, ਇਹਨਾਂ ਦਾ ਮੈਂ ਹੁਣ ਇੱਥੇ ਸੁਣਿਆ, ਬਹੁਤ ਮੈਨੂੰ ਚੰਗਾ ਲੱਗਾ। ਸੋ ਮੈਂ ਚਾਹੁੰਦਾ ਜੇ ਇਹਨਾਂ ਦੀ ਕੋਈ ਸਾਨੂੰ ਉਹਨਾਂ ਨੂੰ ਕੋਈ ਸਾਡੇ ਲਈ ਹੈਲਪ ਦੀ ਲੋੜ ਪਵੇ ਤਾਂ ਅਸੀਂ ਆਲਵੇਜ਼ ਇਹਨਾਂ ਦੇ ਨਾਲ ਹਾਂ। ਸੋ ਕੀਪ ਇਟ ਅਪ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੈਲਥ ਐਂਡ ਫਿਟਨੈਸ ਦੀ ਗੱਲ ਕੀਤੀ ਸੁੱਖੀ ਸੇਖੋਂ ਜੀ ਨੇ, ਔਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਡਾਕਟਰ ਹਰਬੰਸ ਸਿੰਘ ਸਰਾਂ ਔਰ ਨੇ ਹੈਲਥ ਐਂਡ ਫਿਟਨੈਸ ਨੂੰ ਲੈ ਕੇ ਵੀ ਕਿਤਾਬ ਲਿਖੀ ਹੈ। ਕਿੰਨੀ ਕੁ ਲੋੜ ਹੋ ਗਈ ਹੈਲਥ ਐਂਡ ਫਿਟਨੈਸ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਸਾਡੀ ਕੌਮ ਦੇ ਵਿੱਚ? ਐਬਸੋਲੂਟਲੀ ਸਾਡੀ ਸਰਵਾਈਵਲ ਦੇ ਉੱਤੇ ਜੀ, ਜਿਹੋ ਜਿਹਾ ਸਰੀਰ ਹੋਏਗਾ ਉਹ ਜੀ ਆਤਮਾ ਹੋਏਗੀ, ਇਹਨਾਂ ਦਾ ਮਾਇੰਡ ਬਾਡੀ ਦਾ ਰਿਲੇਸ਼ਨਸ਼ਿਪ ਆ ਜੀ। ਪ੍ਰੋਬਲਮ ਇਹ ਹੋ ਰਹੀ ਆ ਕਿ ਸਾਡੀ ਜਿਹੜੀ ਕਲੋਰਿਕ ਇਨਟੇਕ ਆ ਉਹ ਜ਼ਿਆਦਾ ਅਤੇ ਜਿਹੜੀ ਉਹਨੂੰ ਵਰਨ ਕਰਨਾ ਉਹ ਘੱਟ ਹੈ ਜੀ। ਸੋ ਮੈਂ ਵੀ ਉਹਦਾ ਵਿਕਟਮ ਹਾਂ, ਇਸ ਉਮਰ 'ਚ ਆ ਕੇ ਨੈਚੁਰਲੀ ਹੋ ਜਾਂਦਾ। ਉਹਦੇ ਲਈ ਜਿਹੜੀ ਤੁਸੀਂ ਰਿਸਰਚ ਕੀਤੀ ਹੈ ਬੜੀ ਰੈਲੇਵੈਂਟ ਹੈ ਇਸ ਵਕਤ, ਜੇ ਮੈਂ ਆਪ ਅਪਲਾਈ ਕਰ ਰਿਹਾ। ਫਰਜ਼ ਕੀਤਾ ਤੁਸੀਂ ਇੱਕ ਹਫ਼ਤੇ ਦੇ ਵਿੱਚ 1 ਪਾਉਂਡ ਭਾਰ ਘਟਾਉਣਾ। ਬੜਾ ਸਿੰਪਲ ਅਰਥਮੈਟਿਕ ਆ ਕਿ 250 ਕੈਲਰੀਜ਼ ਘੱਟ ਕਰ ਦਿਓ ਅਤੇ 250 ਕੈਲਰੀ ਵਾਕ ਲਈ ਜਾਂ ਐਕਸਰਸਾਈਜ਼ ਲੈ ਕਰੋ, ਜਿਵੇਂ ਸਿੱਖ ਸਾਹਿਬ ਦੱਸਿਆ ਨਾ ਐਕਸਰਸਾਈਜ਼ ਕਰਕੇ। ਸੋ 500 ਕੈਲਰੀ ਡੈਫੀਸਿਟ ਹੋ ਗਈ, ਇੱਕ ਹਫ਼ਤੇ 'ਚ 3500 ਹੋ ਗਈ। 3500 ਕੈਲਰੀ ਬਰਨ ਕਰ ਦਿਓਗੇ ਤਾਂ 1 ਪਾਉਂਡ ਭਾਰ ਘਟਾ ਜਾਂਦਾ। ਮੈਂ ਆਪ ਐਕਸਪੈਰੀਮੈਂਟ ਕੀਤਾ, ਮੈਂ 11-12 ਪਾਉਂਡ ਭਾਰ ਘਟਾਇਆ, ਇਸ ਤਰ੍ਹਾਂ ਹਲੇ ਵੀ 10-12 ਹੋਰ ਖੜਾਉਣਾ ਪੈਣਾ। ਅੱਛਾ, ਜਿਹੜਾ ਭਾਰ ਆ ਇਸ ਬਹੁਤ ਸਾਰੀ ਬਿਮਾਰੀਆਂ ਦਾ ਕਾਜ਼ ਹੈ। ਡਾਇਬਿਟੀਜ਼ ਇਹਨਾਂ ਹੁੰਦੇ ਆ, ਹਾਈਪਰ ਟੈਨਸ਼ਨ, ਸਟ੍ਰੋਕਸ, ਕੈਂਸਰ, ਅਤੇ ਆਲ ਰਿਲੇਟਡ ਟੂ ਦੈਟ। ਸੋ ਮੈਂ ਵਿਸ਼ ਕਰਦਾ ਕਿ ਸਾਡੀ ਕਮਿਊਨਿਟੀ 'ਚ ਅਵੇਅਰਨੈਸ ਆ ਜਾਵੇ ਅਤੇ ਅੱਜ ਤੋਂ ਵਚਨ ਕਰ ਲਓ ਆਪਣੇ ਆਪ ਨਾਲ, ਨਵੇਂ ਨਿਊ ਈਅਰ ਸ਼ੁਰੂ ਹੋਇਆ ਕਿ ਅਸੀਂ ਜ਼ਰੂਰ ਤੁਰਨਾ ਫਿਰਨਾ, ਥੋੜ੍ਹੀ ਐਕਸਰਸ ਕਰਨੀ ਆ, ਥੋੜ੍ਹੀ ਆ ਕੈਲਰੀ ਜ਼ਿਆਦਾ ਨੇ ਉਹਨੂੰ ਘੱਟ ਕਰ ਦੇਣਾ। ਅਤੇ ਟੈਕਨੀਕਲੀ ਉਹਦਾ ਰੀਜ਼ਨ ਇਹ ਆ ਕਿ ਜਦੋਂ ਤੁਹਾਡੇ 'ਚ ਸ਼ੂਗਰ ਕੰਟੈਂਟ ਜ਼ਿਆਦਾ ਹੋ ਜਾਵੇ, ਸਟਾਰਚ ਵੀ ਸ਼ੂਗਰ, ਸਟਾਰਚ ਤੋਂ ਸ਼ੂਗਰ ਬਣਦੀ ਆ, ਉਸਨੇ ਐਕਸੈਸਿਵ ਸ਼ੂਗਰ ਨੇ ਤੁਹਾਡੇ ਸਰਕੂਲੇਟ ਹੋਣਾ ਸ਼ੁਰੂ ਹੋ ਜਾਣਾ ਬਾਡੀ 'ਚ। ਜੇ ਤਾਂ ਤੁਸੀਂ ਬਰਨ ਕਰਦੇ ਹੋਵੇ ਜੇ ਰੋਕੇ, ਅਦਰਵਾਈਜ਼ ਟ੍ਰਾਈਗਲਿਸਰਾਈਡ ਬਣ ਕੇ ਫੈਟੀ ਐਸਿਡ ਬਣੇ ਨੇ, ਫੈਟੀ ਜਮ੍ਹਾਂ ਉੱਥੇ ਹੋਣੀ ਤਾਂ ਪਹਿਲਾਂ ਫੈਟ ਆ।
ਕਹਿਣ ਦਾ ਭਾਵ ਹੈ ਕਿ ਜੇਕਰ ਅਸੀਂ ਇੱਕ ਸਕਾਰਾਤਮਕ ਸੋਚ ਚਾਹੁੰਦੇ ਹਾਂ, ਇੱਕ ਊਰਜਾ ਚਾਹੁੰਦੇ ਹਾਂ, ਤਾਂ ਸਾਨੂੰ ਫਿੱਟ ਵੀ ਰਹਿਣਾ, ਔਰ ਡਾਕਟਰ ਸਾਹਿਬ ਨੇ ਬਖੂਬੀ ਇੱਕ ਕਿਤਾਬ ਵੀ ਲਿਖੀ ਹੈ ਇਸ ਸਾਰੀ ਗੱਲਾਂ ਨੂੰ ਦੱਸਦੇ ਹੋਏ। ਕੁਝ ਹੋਰ ਵੀ ਡਾਕਟਰ ਸਾਹਿਬ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਨ, ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ? ਡਾਕਟਰ ਸਾਹਿਬ, ਤੁਸੀਂ ਜਿਹੜੇ ਫੈਕਟਸ ਹੋਰ ਕੱਢੇ ਹਨ, ਕੀ ਕੁਛ ਤੁਸੀਂ ਚਾਹੁੰਦੇ ਹੋ ਵਿਚਾਰ ਸਾਂਝੇ ਕਰਨੇ, ਉਹ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਰੱਖੋ। ਠੀਕ ਹੈ ਜੀ, ਬੇਸਿਕਲੀ ਮੈਂ ਆਪਾਂ ਐਜੂਕੇਸ਼ਨ ਸ਼ੁਰੂ ਕੀਤਾ ਸੀ ਜੀ, ਉਹਨਾਂ ਦਾ ਸੀਟਾ ਕੀ ਹੈ, ਕਿਵੇਂ ਆਪਾਂ ਨਿਪਟਾਰਾ ਕਰ ਸਕਦੇ ਹਾਂ? ਦੇਖੋ, ਇਸ ਵਕਤ ਸਾਡੇ ਜਿਹੜੇ ਪ੍ਰੋਬਲਮ ਨੇ ਉਹ ਬੇਬੀ ਨੇ ਦੱਸ ਦਿੱਤੇ ਆ ਜੀ। ਮੈਂ ਬੇਨਤੀ ਕਰ ਰਿਹਾ ਆਪਣੀ ਕਮਿਊਨਿਟੀ ਲਈ ਜੀ, ਪਲੀਜ਼, ਜੇ ਤੁਹਾਡੇ ਘਰ 10-12 ਬੋਤਲਾਂ ਪਈਆਂ ਨਾ ਸ਼ਰਾਬ ਦੀਆਂ ਜੀ, ਅਤੇ 5-7 ਬੱਚੇ ਆ ਘਰ, ਅਤੇ ਉਹਨਾਂ ਨੇ ਤੁਹਾਡੀ ਨੱਕ ਜ਼ਰੂਰ ਮਾਰਨੀ ਆ ਜੀ, ਅਤੇ ਉਹਨਾਂ ਨੇ ਅਲਕੋਹਲਿਕ ਘਰੋਂ ਸ਼ੁਰੂ ਹੋਣਾ 12 ਦੀ। ਇੱਕ ਰੈਵਰੈਂਡ ਸ਼ੂਦਰ ਹੋ ਚੁੱਕਿਆ, ਉਹਨੇ ਕਿਤਾਬ ਲਿਖੀ ਆ, ਉਹ ਕਹਿੰਦਾ ਮੈਂ ਜੋੜੇ ਸੀ ਦੋ ਆਇਡੈਂਟੀਕਲ ਟਵਿੰਸ, ਉਹਨਾਂ 'ਤੇ ਰਿਸਰਚ ਕੀਤੀ, ਉਹਨਾਂ ਦਾ ਪਿਓ ਅਲਕੋਹਲਿਕ ਸੀ, ਸ਼ਰਾਬ ਪੀਂਦਾ ਸੀਗਾ। ਇੱਕ ਬੱਚਾ CEO ਬਣ ਗਿਆ ਫਾਰਚੂਨ 500 ਦਾ, ਦੂਜਾ ਅਲਕੋਹਲਿਕ ਬਣ ਗਿਆ। ਉਹਨੇ ਜਵਾਬ 'ਚ ਯੂਰ ਫਾਦਰ ਵਾਜ਼ ਅਲਕੋਹਲਿਕ, ਹਾਊ ਯੂ ਟਰਨ ਆਊਟ ਟੂ ਬੀ, ਉਹ ਕਹਿੰਦਾ ਵਟ ਕੈਨ ਯੂ ਐਕਸਪੈਕਟ, ਆਈ ਡੋਂਟ ਵਾਂਟ ਟੂ ਬੀ ਲਾਈਕ ਫਾਦਰ, ਆਈ ਵਾਂਟ ਟੂ ਬੀ ਕਲੀਨ। ਦੂਜੇ ਤੋਂ ਪੁੱਛਿਆ, ਉਹ ਕਹਿੰਦਾ ਵਟ ਕੈਨ ਯੂ ਐਕਸਪੈਕਟ, ਮਾਈ ਫਾਦਰ ਵਾਜ਼ ਅਲਕੋਹਲਿਕ, ਆਈ ਬਿਕੇਮ ਅਲਕੋਹਲਿਕ। ਮਤਲਬ ਇੱਕ ਤਾਂ ਜੈਨੈਟਿਕਸ ਸੀ ਨਾ, ਇੱਕ ਇਨਵਾਇਰਮੈਂਟ ਹੈ, ਇਹ ਬੱਚੇ ਸਿੱਖਦੇ ਆ ਸਭ, ਅਤੇ ਸਾਡੇ ਲੋਕਾਂ ਦੇ ਕਾਫੀਆਂ ਦੇ ਬਿਜ਼ਨਸ ਨੇ, ਲਿਕਰ ਸਟੋਰ ਹੈਗੇ, ਉਹ ਬਿਜ਼ਨਸ ਹੈ, ਦੈਟਸ ਓਕੇ, ਕੋਈ ਕਾਰਜ ਮਾੜਾ ਨਹੀਂ ਹੈ, ਸਭੇ ਕਾਜ ਭਰੇ ਸਹਿਜੇ ਕੀਜੇ ਨਾਲ, ਪਰ ਪਲੀਜ਼ ਮੇਰੀ ਬੇਨਤੀ ਸਮਝਿਓ, ਸੁਣਿਓ, ਅਤੇ ਆਪਣੇ ਵੀ ਕਰਨਾ ਸ਼ੁਰੂ ਕਰਿਓ, ਕਿ ਜੇ ਤੁਸੀਂ ਆਪ ਨਸ਼ਾ ਕਰ ਰਹੇ ਹੋ ਨਾ, ਚਾਂਸਿਸ ਆ 50% ਤੋਂ ਜ਼ਿਆਦਾ ਬੱਚਿਆਂ ਨੇ ਜ਼ਰੂਰ ਕੁਛ ਕਰਨਾ, ਅਤੇ ਉਹਨਾਂ ਨੂੰ ਬਚਾਉਣ ਲਈ ਪਹਿਲਾਂ ਤਾਂ ਆਪ ਛੁਟਕਾਰਾ ਪਾਓ ਤੋਂ, ਹੈ ਜੀ। ਪਾਰਟੀ ਦੇ ਵਿੱਚ ਪਰਸਨਲੀ ਮੈਂ ਵੀ ਜਾਂਦਾ, ਦੇਖਦਾ ਉੱਥੇ ਕੋਕ ਵਗੈਰਾ ਪਿਆ ਹੁੰਦਾ, ਡਿਫਰੈਂਟ ਟਾਈਪਸ ਆਫ ਡਰਿੰਕਸ ਪਈਆਂ ਹੁੰਦੀਆਂ ਨੇ, ਸਾਫਟ ਡਰਿੰਕਸ, ਉਹ ਵੀ ਸਬਸਟੀਟਿਊਟ ਹੋ ਸਕਦੀਆਂ ਨੇ, ਪੈਸਾ ਵੀ ਬਚ ਸਕਦਾ, ਸਿਹਤ ਵੀ ਬਚ ਸਕਦੀ ਹੈ। ਬੀਬੀ ਨੇ ਡਿਸਕਲੋਜ ਨਹੀਂ ਕੀਤਾ, ਜੇ ਉਸ ਲਈ ਪਰਮਿਸ਼ਨ ਹੋਵੇ, ਆਈ ਵਾਂਟ ਟੈਲ, ਇਹਨਾਂ ਦੇ ਮਾਸਟਰ ਜੀ ਹੀ ਡਾਈਡ ਆਫ ਅਲਕੋਹਲਿਜ਼ਮ, ਦੋ ਡੈਥ ਹੋਈਆਂ ਨੇ, ਇੱਕ ਡੈਥ ਹੋ ਗਈ ਹੈ, ਮੇਰਾ ਸਕਾ ਭਾਣਜਾ, ਮੈਂ ਇੱਥੇ ਮੰਗਾਇਆ ਸੀਗਾ, ਅਲਕੋਹਲਿਕ ਬਣ ਗਿਆ, ਲਿਵਰ ਸਰਾਈਸਿਸ ਹੋ ਗਿਆ, ਅਤੇ ਮੈਂ ਉਹਨੂੰ ਵਾਰਨਿੰਗ ਦਿੱਤੀ ਕਿ ਤੇਰਾ ਜਿਹੜਾ ਵੱਧ ਰਿਹਾ ਲਿਵਰ ਸ਼ੇਪ ਆ, ਪਰ ਜਿਹੜੀਆਂ ਉਹ ਰਚ ਜਾਂਦਾ ਤੁਹਾਡੇ ਰਿਸੈਪਟਰ ਦੇ ਵਿੱਚ, ਵੁੱਡ ਨਾਟ ਹੈਲਪ, ਅਤੇ ਮੈਂ ਉਹਨੂੰ 6 ਮਹੀਨੇ ਕਿਹਾ ਸੀ, 4 ਮਹੀਨੇ ਚੱਲ ਵਸਿਆ, ਬੜਾ ਦੁੱਖ ਹੁੰਦਾ, ਬੜਾ ਨੌਜਵਾਨ 6 ਫੁੱਟਾ ਜਵਾਨ ਭਗਦੇ ਪਾਣੀ ਚਲਿਆ ਗਿਆ, ਇੱਕ ਜ਼ਹਿਰ ਪੀ ਕੇ, ਇਹ ਜ਼ਹਿਰ ਹੀ ਆ ਨਾ ਨਸ਼ਾ ਪੱਤਾ, ਅਤੇ ਜੇ ਅਸੀਂ ਕਹਿੰਦੇ ਹਾਂ ਪੰਜਾਬ 'ਚ ਨਸ਼ਾ ਪੱਤਾ, ਇੱਥੇ ਵੀ ਘੱਟ ਨਹੀਂ ਹੈਗਾ, ਮੈਂ ਦੇਖ ਰਿਹਾ, ਇੱਥੇ ਇੱਕ ਬੜਾ ਪ੍ਰੋਮੀਨੈਂਟ ਡਾਕਟਰ ਹੈ, ਅਤੇ 2 ਭਰਾ ਡਾਕਟਰ ਨੇ, 1/3 ਬਿਜ਼ਨਸ ਦੇ ਵਿੱਚ ਆ, ਅਤੇ ਉਹਨਾਂ ਦੇ ਘਰ ਇੱਕ ਬਾਰ ਲੱਗੀ ਹੋਈ ਆ, 15-20 ਸ਼ਰਾਬ ਦੀਆਂ ਬੋਤਲਾਂ ਨੇ, ਅਤੇ ਜਦੋਂ ਮੁੰਡੇ ਥੋੜ੍ਹੇ ਜਿਹੇ ਵੱਡੇ ਹੋਏ ਪੀਣ ਲੱਗ ਗਏ, ਅਤੇ ਬਿਕੇ ਮਲਕ ਹੋਰ, ਅਤੇ ਫਿਰ ਰੋਣ ਕੀ ਕਰੀਏ, ਕਿਵੇਂ ਡੀਟੋਕਸੀਫਾਈ ਕਰੀਏ, ਦੈਟ ਵਾਸ ਕਾਈਂਡ ਆਫ ਟੂ ਲੇਟ, ਸੋ ਉਹਨੂੰ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਸੋ ਇਹ ਬੇਨਤੀਆਂ ਨੇ। ਦੂਜਾ ਜਿਹੜੀ ਨਿਊਟ੍ਰੀਸ਼ਨ ਆ, ਉਹ ਬੜੀ ਇੰਪੋਰਟੈਂਟ ਆ, ਬੈਲੈਂਸ ਡਾਇਟ, ਗੁੱਡ ਰੈਸਟ, ਅਤੇ ਸਟ੍ਰੈਸ ਫਰੀ, ਜੇ ਹੋ ਸਕਦਾ ਤਾਂ ਸਟ੍ਰੈਸ ਥੋੜ੍ਹਾ ਤਾਂ ਠੀਕ ਹੈ, ਕਿਉਂਕਿ ਜੇ ਤੁਸੀਂ ਨਾ ਸਟ੍ਰੈਸ ਹੋਵੇ ਤਾਂ ਤੁਸੀਂ ਮੰਜੇ ਤਾਂ ਨਹੀਂ ਉੱਠਦੇ, ਅਤੇ ਉਹਦੇ ਉਹ ਚੰਗੀ ਚੀਜ਼ ਵੀ ਆ, ਮੇਕਸ ਯੂ ਅਲਰਟ, ਐਟ ਦੀ ਸੇਮ ਟਾਈਮ ਜਿਹੜੀ ਚਿੰਤਾ ਨਾ, ਇਹ ਵਰੀ ਕਰੀ ਜਾਣੀ, ਜੀ ਮੈਂ ਤਾਂ 1 ਮਿਲੀਅਨ ਬਣਾ ਸਕਿਆ, ਹੁਣ 2 ਮਿਲੀਅਨ ਬਣਾਉਣਾ, ਉਹਦੀ ਚਿੰਤਾ ਕਰੀ ਜਾਣੀ, ਚਿੰਤਾ ਚਿਖਾ ਬਰਾਬਰ ਹੁੰਦੀ ਆ, ਉਹਦਾ ਸਟ੍ਰੈਸ ਹੋ ਜਾਂਦਾ, ਉਹਦਾ ਕੋਈ ਐਂਡ ਨਹੀਂ ਹੁੰਦਾ, 1 ਮਿਲੀਅਨ, 2 ਮਿਲੀਅਨ, 3 ਮਿਲੀਅਨ, ਮੈਂ ਮਲਟੀ ਮਿਲੀਅਨ ਰਹਿ ਚੁੱਕਿਆ, ਆਈ ਨੋ
I was very, very sad person that time. ਉਦੋਂ ਬਾਅਦ ਛੁਟਕਾਰਾ ਪਾ ਲਿਆ ਸਾਰੀ ਜਿੰਨੀ ਸੀਗੀ, ਜਦ ਬੱਚਿਆਂ ਨੂੰ ਪੜ੍ਹਾਇਆ, ਲੜਕੇ ਨੂੰ ਡੈਂਟਿਸਟ ਆ, ਉਹ ਬੇਟੀ ਨਿਊਕਲੀਅਰ ਮੈਡੀਸਿਨ 'ਚ ਆ, ਵਾਈਫ ਦੀ ਮਿਹਰ ਦੇ ਨਾਲ ਬੜੇ ਟਰਨਡ ਆਊਟ ਟੂ ਬੀ ਗੁੱਡ ਅਤੇ ਐਜੂਕੇਸ਼ਨ ਅਗੇਨ ਮੈਂ ਉੱਥੇ ਆ ਰਿਹਾ। ਸੋ ਬੱਚਿਆਂ ਨੂੰ ਵੱਧ ਤੋਂ ਵੱਧ ਅਵਲ ਤਾਂ ਨਹੀਂ ਹੁੰਦੇ, ਮੇਰੇ ਬਾਬਾ ਜੀ ਨੇ ਹੁਕਮ ਕੀਤਾ ਸੀ ਮੇਰੇ ਪਿਤਾ ਜੀ ਨੂੰ ਅਤੇ ਜਦੋਂ ਮੇਰਾ ਪੋਤਾ ਹੋਇਆ ਨਾ, ਉਹਨੂੰ ਅਵਲ ਤੋਂ ਅਵਲ ਤਾਲੀਮ ਦਿਓ, ਉਹ ਉਰਦੂ ਬੋਲਦੇ ਸੀ ਕਾਫੀ ਜੀ, ਅਵਲ ਤੋਂ ਅਵਲ ਤਾਲੀਮ ਯਾਨੀ ਬੈਸਟ ਐਜੂਕੇਸ਼ਨ, ਇਹ ਸਾਡਾ ਰਾਜ ਆ, ਇਹਦੇ ਅਸੀਂ ਇੱਕ ਜਿਊਸ ਕਮਿਊਨਿਟੀ ਆ। ਉਹਨਾਂ ਨੇ 2000 ਸਾਲ ਮਾਰ ਖਾਧੀ, ਬੇਘਰ ਹੋ ਗਏ, ਜਗ੍ਹਾ ਜਗ੍ਹਾ ਚਲੇ ਗਏ। ਫਿਰ ਇੱਕ ਵਾਰੀ ਉਹਨਾਂ ਨੇ ਦੇਖਿਆ ਹਿਟਲਰ ਨੇ 6 ਮਿਲੀਅਨ ਬੰਦੇ ਮਾਰਤੇ ਉਹਨਾਂ ਦੇ, ਉਹ ਕਹਿੰਦੇ ਵਨ ਆਰ ਯੂ ਗੋਇੰਗ ਟੂ ਡੂ ਸਮਥਿੰਗ ਅਬਾਊਟ ਇਟ। ਉਹਨਾਂ ਨੇ ਕੀ ਕੀਤਾ, ਬੱਚਿਆਂ ਨੂੰ ਉਹਨਾਂ ਨੇ ਇੱਕ ਤਾਂ ਚੰਦਾ ਲਾਤਾ $10 ਇੱਕ ਫੈਮਿਲੀ ਦਾ, ਅਤੇ ਉਹਨਾਂ ਨੂੰ ਕਹਿੰਦੇ ਵੀ ਇਹ ਐਜੂਕੇਸ਼ਨ 'ਤੇ ਲਾਉਣਾ। ਅੱਜ ਬੈਸਟ ਤੋਂ ਬੈਸਟ ਡਾਕਟਰ ਜਿਊਸ਼ ਨੇ, ਉਹ ਉਹਨਾਂ ਦੇ ਜਿਹੜੇ ਅਟੋਰਨੀਜ਼ ਨੇ ਜਾਂ ਬਿਜ਼ਨਸਮੈਨ ਨੇ ਬੈਂਕਿੰਗ ਦੇ ਵਿੱਚ, ਟੈਲੀਕਮਿਊਨੀਕੇਸ਼ਨ ਦੇ ਵਿੱਚ, ਦੇ ਆਰ ਨੰਬਰ ਵਨ। ਸਿਰਫ 2% ਨੇ ਦੀ ਕੰਟਰੋਲ ਦੇ ਕੰਮ ਨਹੀਂ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਇਗਜ਼ਾਮਪਲ ਜਿਵੇਂ ਤੁਸੀਂ ਦੇ ਰਹੇ ਹੋ, ਔਰ ਮੈਨੂੰ ਲੱਗਦਾ ਇਹ ਇਗਜ਼ਾਮਪਲ ਤੁਹਾਡੀ ਫੈਮਿਲੀ ਤੱਕ ਵੀ ਜਾਂਦਾ, ਤੁਹਾਡਾ ਬੈਕਗਰਾਊਂਡ ਵੀ ਇਹ ਸਭ ਗੱਲਾਂ ਦੱਸਦਾ, ਔਰ ਜੋ ਅੱਜ ਤੁਸੀਂ ਇਹ ਗੱਲਾਂ ਕਹਿ ਵੀ ਰਹੇ ਹੋ ਸਾਡੇ ਇਸ ਪਲੈਟਫਾਰਮ ਦੇ ਉੱਤੇ। ਮੈਂ ਦਰਸ਼ਕਾਂ ਨੂੰ ਦੱਸਦਾ ਕਿ ਇਹਨਾਂ ਦੇ ਗ੍ਰੈਂਡ ਫਾਦਰ ਨੇ ਕਈ ਸਾਰੇ ਮੈਡਲ ਜਿੱਤੇ ਹਨ ਔਰ ਵੱਖ ਵੱਖ ਲੜਾਈਆਂ ਜਿਹੜੀਆਂ ਲੜੀਆਂ ਹਨ, ਔਰ ਮੈਨੂੰ ਲੱਗਦਾ ਉਹੀ ਗਾਈਡੈਂਸ, ਉਹੀ ਫਿਲੋਸਫੀ, ਉਹੀ ਮੋਰਲ ਵੈਲਿਊਜ਼ ਇਹਨਾਂ ਨੂੰ ਮਿਲੀਆਂ ਜੋ ਅੱਜ ਸਾਡੇ ਸਾਹਮਣੇ ਰੱਖ ਰਹੇ ਹਨ, ਕਿ ਇਸ ਮੰਚ ਦੇ ਉੱਤੇ ਤੁਹਾਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਵੇਂ ਜ਼ਹਿਰ ਜਿਹੜਾ ਉਹ ਕਹਿਰ ਬਣ ਰਿਹਾ, ਔਰ ਤੁਸੀਂ ਕਿਵੇਂ ਇੱਕ ਵਧੀਆ ਲਹਿਰ ਲੈ ਕੇ ਆ ਸਕਦੇ ਹੋ। ਇਹ ਬਹੁਤ ਅਹਿਮ ਹੈਗਾ ਜਾਣਨ ਲਈ, ਤੁਸੀਂ ਕੰਟੀਨਿਊ ਕਰ ਸਕਦੇ ਹੋ। ਹਾਂਜੀ, ਬਸ ਥੈਂਕ ਯੂ ਜੀ, ਬਹੁਤ ਧੰਨਵਾਦ। ਮੈਂ ਪਹਿਲਾਂ ਬੇਨਤੀ ਕਰ ਚੁੱਕਿਆ, ਮੇਰੇ ਫਰ ਸਾਹਿਬ ਦੇ 7 ਮੈਡਲ ਨੇ ਸ਼ਾਇਦ ਉਹ ਇਸ ਵਕਤ ਲਾ ਰਹੇ ਨੇ ਔਨ ਦੀ ਇੰਟਰਨੈਟ, ਅਤੇ ਇਹਨਾਂ 'ਚੋਂ ਇੱਕ ਬਹੁਤ ਅਹਿਮ ਮੈਡਲ ਆ ਜਿਹੜਾ ਸੋਨੇ ਰੰਗਾ ਜਿਹੜਾ ਸੀਗਾ, ਉਹਨੂੰ ਵਿਕਟੋਰੀਆ ਕਲਾਸ ਕਹਿੰਦੇ ਸੀ। ਸੋ ਦੈਟ ਵਾਜ਼ ਹਾਈਐਸਟ ਆਨਰ ਕਿ ਫਾਦਰ ਸਾਹਿਬ ਨੇ ਫਸਟ ਵਰਲਡ ਵਾਰ ਲੜੀ, ਜ਼ਖਮੀ ਵੀ ਹੋ ਗਏ, ਸਿਵਲ ਵੀ ਹੋ ਗਏ, ਫਿਰ ਵਾਲੰਟੀਅਰ ਗਿਆ ਸੈਕਿੰਡ ਵਰਲਡ ਵਾਰ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹਨੇ ਕਿਹਾ ਉਹਨੂੰ ਮਰਬੇ ਅਲਾਟ ਹੋਏ ਮਿੰਟ ਗੁਰੂ ਦੇ ਵਿੱਚ, ਹੁਣ ਉਹਨੂੰ ਸਾਹੀਵਾਲ ਕਹਿੰਦੇ ਆ ਸ਼ਾਇਦ, ਅਤੇ ਉਹ ਮਰਬੇ ਉੱਥੋਂ ਛੱਡ ਕੇ ਆ ਗਏ ਕਿਉਂਕਿ ਮੇਰਾ ਹੁੰਦਾ ਵਕਤ ਜੀ ਸੀ ਹੋਇਆ ਪਹਿਲਾਂ ਹੀ, ਕਹਿੰਦੇ ਵੀ ਮੇਰੇ ਸਿਸਟਰ ਹੀ ਸੀਗੀਆਂ, ਅਤੇ ਆ ਕੇ ਇੱਥੇ ਮੈਨੂੰ ਇੱਕ ਗੱਲ ਉਹਨੇ ਕਹੀ ਵੀ ਹੁਣ ਸਾਡੇ ਕੋਲ ਮਰਬੇ ਤਾਂ ਹੈ ਨਹੀਂ ਗੇ, ਜੱਦੀ ਜ਼ਮੀਨ ਹੈਗੀ ਆ ਉਹ ਨਾਪਣੀ ਹੈਗੀ, ਤੈਨੂੰ ਪੜ੍ਹਾਈ ਕਰਨੀ ਪੈਣੀ, ਅਤੇ ਮੈਨੂੰ ਪਰਸੋੜ ਵੀ ਕੀਤਾ ਅਤੇ ਹੁਕਮ ਵੀ ਕੀਤਾ ਕਿ ਤੁਹਾਡਾ ਬਾਬਾ ਜੀ ਦਾ ਹੁਕਮ ਹੈ ਇਹ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਮੈਂ ਜਿੰਨੀ ਤਾਲੀਮ ਲੈ ਸਕਦਾ ਵੀ ਹੁਣ। ਡਾਕਟਰ ਸਾਹਿਬ, ਮੈਂ ਗੱਲ ਭੁੱਲਣਾ ਚਾਹਵਾਂ, ਸਾਡੇ ਪੰਜਾਬ ਦੇ ਵਿੱਚ ਜਾਂ ਫਿਰ ਇੱਥੇ ਵੀ ਸਾਡੇ ਬੱਚਿਆਂ ਨੂੰ ਲੱਗਦਾ ਕਿ ਉਹ ਮੇਰੇ ਫਾਦਰ ਸਾਹਿਬ ਦੇ ਕੋਲ ਬਹੁਤ ਜ਼ਮੀਨ ਹੈ, ਮੈਨੂੰ ਕੀ ਲੋੜ ਹੈ ਪੜ੍ਹਾਈ ਦੀ, ਔਰ ਲੇਕਿਨ ਤੁਸੀਂ ਵੀ ਜ਼ਮੀਰਦਾਰ ਠਹਿਰੇ ਹੋ, ਤੁਹਾਡੇ ਵੀ ਬਜ਼ੁਰਗਾਂ ਦੇ ਕੋਲ ਬਹੁਤ ਜ਼ਮੀਨਾਂ ਸੀਗੀਆਂ, ਲੇਕਿਨ ਤੁਸੀਂ ਵੀ ਪੜ੍ਹਾਈ ਕੀਤੀ, ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਬੱਚਿਆਂ ਨੂੰ? ਦੇਖੋ ਜੀ, ਬੱਚੇ ਨੂੰ ਕਹਿਣਾ ਚਾਹੀਦਾ ਵੀ ਅਸੀਂ ਸੈਲਫ ਸਪੋਰਟਿੰਗ ਹੋ, ਡੋਂਟ ਡਿਪੈਂਡ ਔਨ ਪੇਰੈਂਟਸ, ਪੇਰੈਂਟਸ ਤੱਕ ਹੁਣ ਹੈਗੇ ਕੱਲ੍ਹ ਨੂੰ ਨਹੀਂ ਵੀ ਹੈਗੇ। ਕੋਈ ਹੁਨਰ ਅਕੁਆਇਰ ਕਰੋ, ਕੰਪਿਊਟਰ ਸਾਇੰਸ ਹੋ ਸਕਦੀ ਆ, ਈਵਨ ਵੈਲਡਿੰਗ ਕਰਾ ਲਓ, ਫਿਕਸਿੰਗ ਇਲੈਕਟ੍ਰੋਨਿਕਸ ਕਰਾ ਲਓ, ਅਤੇ ਉਹਦੇ ਨਾਲ ਤੁਸੀਂ ਰੋਜ਼ੀ ਰੋਟੀ ਕਮਾ ਸਕਦੇ ਹੋ। ਜੇ ਆਈਡਲ ਹੋ ਜਾਓਗੇ ਤਾਂ ਉਹ ਸਿੱਖੀ ਦੇ ਵੀ ਖਿਲਾਫ ਆ, ਸਿੱਖੀ ਕਿਰਤ ਕਰਨਾ ਸਾਡਾ ਪਹਿਲਾ ਧਰਮ ਹੈ, ਹਾਂਜੀ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਤਾਲੀਮ ਦਿਓ। ਮੈਂ ਮਿਸਾਲਾਂ ਦੇ ਚੁੱਕਿਆ ਜਿਊਸ਼ ਕਮਿਊਨਿਟੀ ਦੀਆਂ, ਮੈਂ ਆਪਦੀ ਕਹਾਣੀ ਦੱਸ ਚੁੱਕਿਆ, ਅਤੇ ਗੁਰੂ ਸਾਹਿਬ ਨੇ ਕਿਹਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੁਸੀਂ ਨੋਦ ਜੀ ਨੋਦ ਕਰਨ। ਜਿਹੜੀ ਸਾਇੰਸ ਆ ਨਾ ਅੱਜ ਕੱਲ੍ਹ, ਗੁਰੂ ਸਾਹਿਬ ਨੇ ਉਹਨਾਂ ਨੂੰ 500 ਸਾਲ ਪਹਿਲਾਂ ਹੀ ਦੱਸ ਦਿੱਤੀ ਸਾਨੂੰ ਜੀ, ਹਾਂਜੀ। ਉਹ ਉਹਨਾਂ ਨੇ ਕਿਹਾ ਸੀ ਜਿਹੜਾ ਗਿਆਨ ਆ ਇਸ ਨੇ ਦੁਨੀਆ ਨੂੰ ਪ੍ਰਫੁੱਲਿਤ ਕਰਨਾ, ਜਿਹੜਾ ਕਿ
ਹੁਣ ਹੋ ਰਿਹਾ। ਸਿੱਖ ਦਾ ਧਰਮ ਹੀ ਇਹ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਬੰਦਾ ਸਿੱਖਦਾ ਨਹੀਂ ਹੈ ਉਹ ਉਹਦਾ ਸਟਾਫ ਲੱਗ ਜਾਂਦਾ ਉੱਥੇ। ਹੁਣ ਮਨਜੀਤ ਸਿੰਘ ਨੇ ਦੱਸਿਆ ਇਹਨਾਂ ਨੇ 20 ਸਾਲ ਕਿਤਾਬ ਹੀ ਨਹੀਂ ਪੜ੍ਹੀ ਕੋਈ, ਆਲ ਆਫ ਏ ਸਡਨ ਟਾਈਮ ਆਇਆ ਹੁਣ ਪੜ੍ਹਨ ਲੱਗ ਗਏ, ਹੁਣ ਦੂਜਿਆਂ ਨਾਲ ਕਿਤਾਬਾਂ ਬੇਟਾ ਕਰ ਰਹੇ ਨੇ ਅਤੇ ਬੜਾ ਸੋਹਣਾ ਪ੍ਰੋਗਰਾਮ ਚੱਲਿਆ। ਇਸ ਕਰਕੇ ਫਿਰ ਮੈਂ ਬੇਨਤੀ ਕਰਦਾ ਪਲੀਜ਼ ਬੱਚਿਆਂ ਨੂੰ ਅਵਲ ਤੋਂ ਅਵਲ ਤਲੀਮ, ਬੈਸਟ ਐਜੂਕੇਸ਼ਨ, ਸਪੋਰਟ ਦਮ ਬਟ ਡੋਂਟ ਸਪੋਇਲ ਦਮ। ਮੈਂ ਪਹਿਲਾਂ ਹੀ ਆਪਣੇ ਲੜਕੇ ਨੂੰ ਕਹਿਤਾ ਸੀ 7-8 ਸਾਲ ਦੀ ਉਮਰ 'ਚ, ਮੈਂ ਕਿਹਾ ਤੈਨੂੰ ਅਲਾਊਂਸ ਮਿਲੇਗਾ 5-7 ਦਾ ਹਫ਼ਤੇ ਦਾ, ਪਰ ਨੋ ਮੋਰ। ਅਤੇ ਜੇ ਤੂੰ ਹੋਰ ਕਮਾਉਣਾ ਨਾ ਆ ਤੈਨੂੰ ਬਾਈਸਾਈਕਲ ਲੈ ਕੇ ਦਿੰਦਾ, ਪੇਪਰ ਡਿਸਟ੍ਰੀਬਿਊਟ ਕਰਿਆ ਕਰ। ਅਸੀਂ ਸਨੋਜ਼ 'ਚ ਰਹਿੰਦੇ ਸੀ, ਉਹਨੇ ਪੇਪਰ 'ਤੇ ਆਪਦੇ ਲੱਦ ਕੇ ਜਾਣਾ ਅਤੇ ਆ ਕੇ ਸਾਨੂੰ ਦੱਸਣਾ ਹਫ਼ਤੇ ਬਾਅਦ। ਮੈਂ ਇੰਨਾ ਅਰਨ ਕੀਤਾ। ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਤਾਲੀਮ ਦਿੱਤੀ। ਮੇਰੇ ਨਾਲ ਕਾਫੀ ਸਾਰੇ ਮਹਿਮਾਨ, ਅਗਰ ਜੇਕਰ ਕੋਈ ਆਪਣੇ ਓਪੀਨੀਅਨ ਜਾਂ ਵਿਚਾਰ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਰੱਖਣਾ ਚਾਹੁੰਦਾ ਤਾਂ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਤੁਸੀਂ ਆਪਣੇ ਵਿਚਾਰ ਜਾਂ ਕੁਝ ਅਜਿਹੀ ਗੱਲ ਕਹਿਣਾ ਚਾਹੁੰਦੇ ਹੋ ਜਾਂ ਫਿਰ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਵਿੱਚ ਕੋਈ ਹੈਗਾ ਜੀ ਜੋ ਕੋਈ ਵਿਚਾਰ ਦੇਣਾ ਚਾਹੁੰਦਾ? ਅਤੇ ਸਾਡੇ ਨਾਲ ਮਹਿਮਾਨ ਹਨ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਦੇ ਤਾਂ ਵਿਚਾਰ ਇਹ ਹਨ ਜੀ, ਜਿਹੜੇ ਕਿ ਆਪਾਂ ਜਿਸ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਇੱਥੇ ਨੂੰ ਆਪਾਂ ਕਿੰਨਾ ਚਿਰ ਹੋ ਗਿਆ ਦੱਸਦਿਆਂ ਨੂੰ ਵੀ ਸਿੱਖੀ ਦੀ ਪਛਾਣ ਵਾਲੇ ਅਸੀਂ ਮਿਲੀਅਨ ਡਾਲਰ ਖਰਚ ਰਹੇ ਹਾਂ ਲੋਕਾਂ ਨੂੰ ਦੱਸਣ ਵਾਸਤੇ। ਪਰ ਅਸੀਂ ਗੁਰੂ ਘਰਾਂ ਦੇ ਵਿੱਚ ਜੋ ਪਿੱਛੇ ਜਿਹਾ ਦੇਖਣ ਨੂੰ ਮਿਲਿਆ ਕਿ ਜਿਹੜੇ ਪ੍ਰਚਾਰਕ ਆਉਂਦੇ ਆ ਉਹਨਾਂ ਦਾ ਵਿਰੋਧ ਕੀਤਾ ਜਾਂਦਾ, ਉਹ ਬਾਹਰ ਵੀ ਵਿਰੋਧ ਕਰਨ ਵਾਲੇ ਸੈਖੀ ਖੜ੍ਹੇ ਹੁੰਦੇ ਆ ਅਤੇ ਅੰਦਰ ਪ੍ਰੋਗਰਾਮ ਕਰਾਉਣ ਵਾਲੇ ਵੀ ਸੈਖੀ ਹੁੰਦੇ ਆ, ਤਾਂ ਇਹਨਾਂ ਦੀ ਕਮਿਊਨਿਟੀ ਦੇ ਵਿੱਚ ਸੁਨੇਹਾ ਜਿਹੜਾ ਉਹ ਚੰਗਾ ਨਹੀਂ ਜਾਂਦਾ। ਮੇਰੀ ਤਾਂ ਬੇਨਤੀ ਇਹੀ ਆ ਸਾਰੇ ਸਿੱਖ ਕਮਿਊਨਿਟੀ ਨੂੰ ਵੀ, ਗੁਰਦੁਆਰਿਆਂ ਦੇ ਜਿੰਨੇ ਵੀ ਨੁਮਾਇੰਦੇ ਆ ਉਹਨਾਂ ਨੂੰ ਵੀ ਆਪੋ ਆਪਣੇ ਪ੍ਰਚਾਰਕ ਸੱਦਦੇ ਹਾਂ ਅਤੇ ਕੋਈ ਵੀ ਇਹੋ ਜਿਹਾ ਗਲਤ ਸੁਨੇਹਾ ਸਿੱਖ ਆਪਣਾ ਕਮਿਊਨਿਟੀ ਨੂੰ ਨਾ ਦੇਈਏ ਜਿਹਦੇ ਵਿੱਚ ਸਿੱਖੀ ਬਦਨਾਮ ਹੋ ਸਕੇ। ਸੋ ਇਹ ਆਪਾਂ ਨੂੰ ਜ਼ਰੂਰੀ ਕਰਨਾ ਚਾਹੀਦਾ ਆ ਕਿਉਂਕਿ ਪ੍ਰਚਾਰਕ ਹਰੇਕ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਹੱਕ ਆ ਬੋਲਣ ਦਾ ਅਤੇ ਉਹਨਾਂ ਨੂੰ ਬੋਲਣਾ ਚਾਹੀਦਾ। ਆਪੋ ਜੇ ਤੁਸੀਂ ਨਹੀਂ ਸੁਣਨਾ ਚਾਹੁੰਦੇ ਤਾਂ ਆਪੋ ਆਪਣੇ ਘਰ ਬੈਠ ਸਕਦੇ ਹੋ ਜਾਂ ਤੁਸੀਂ ਜਿਹਨੂੰ ਵੀ ਸੱਦਣਾ ਜਿੱਥੇ ਵੀ ਤੁਸੀਂ ਹੈਗੇ ਗੁਰਦੁਆਰੇ ਦੇ ਵਿੱਚ ਜਿਹਨੂੰ ਵੀ ਸੱਦ ਕੇ ਬੁਲਾ ਕੇ ਉਹਦਾ ਪ੍ਰਚਾਰ ਤੁਸੀਂ ਸੁਣ ਸਕਦੇ ਹੋ ਕਿਉਂਕਿ ਸਾਡਾ ਜਿਹੜਾ ਸ਼ਬਦ ਗੁਰੂ ਹੈ ਅਤੇ ਗੁਰੂ ਗ੍ਰੰਥ ਸਾਹਿਬ ਹਰੇਕ ਗੁਰਦੁਆਰੇ ਦੇ ਵਿੱਚ ਪਿਆ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਪਿਆ ਹੈ ਗੁਰਦੁਆਰੇ ਦੇ ਵਿੱਚ ਜਦੋਂ ਅਸੀਂ ਵਿਰੋਧ ਕਰਦੇ ਹਾਂ ਅਤੇ ਸਿੱਖ ਦਾ ਵਿਰੋਧ ਕਰਦਾ ਉਹ ਕੋਈ ਚੰਗਾ ਸੁਨੇਹਾ ਨਹੀਂ ਦੂਸਰੀ ਕਮਿਊਨਿਟੀ ਵਾਸਤੇ। ਜੁੜ ਕੇ ਰਹਿਣਾ ਪਏਗਾ ਜੀ, ਹਾਂਜੀ ਸਾਨੂੰ ਸਾਰਿਆਂ ਨੂੰ। ਡਾਕਟਰ ਸਾਹਿਬ ਸਹਿਮਤੀ ਰੱਖਦੇ ਹੋ ਇਸ ਗੱਲ? ਬਿਲਕੁਲ ਜੀ ਬਿਲਕੁਲ, ਜਿੱਥੇ ਜਾਏ ਵਜੇ ਮੇਰਾ ਸਤਿਗੁਰੂ ਜੀ, ਜਿੱਥੇ ਉਹਦੀ ਸੁਸ਼ੋਭਤ ਨੇ ਉੱਥੇ ਗੱਲ ਕੋਈ ਗਲਤ ਇੱਕ ਸ਼ਬਦ ਵੀ ਇੱਧਰ ਹੋ। ਮੈਂ ਦੇਖਦਾ ਕਈ ਵਾਰੀ ਲੋਕ ਨਾ ਪੁਰਾਣੀਆਂ ਆਦਤਾਂ ਬਣੀਆਂ ਨੇ, ਗਾਲਾਂ ਕੱਢਦੇ ਆ ਬੈਠੇ ਉੱਤੇ, ਲੰਗਰ ਛਕੀਆਂ ਦੇ ਨਾਲੇ ਗਾਲਾਂ ਕੱਢੀ ਜਾਂਦੇ ਹੈ ਜੀ। ਬੜੀ ਸ਼ਰਮ ਆਉਂਦੀ ਹੈ ਇਸ ਚੀਜ਼ 'ਤੇ, ਮੈਂ ਟੋਕਿਆ ਵੀ ਕਈਆਂ ਨੂੰ ਵੀ ਤੁਸੀਂ ਘਰ ਜਾ ਕੇ ਕੱਢ ਲਿਓ ਗਾਲਾਂ ਕਿਤੇ ਪੀ ਕੇ ਬਾਅਦ 'ਚ ਕਰੀ ਜਾਓ। ਪਰ ਉੱਥੇ ਸਾਨੂੰ ਜਾ ਕੇ ਬੜੀ ਸੰਜੀਦਗੀ ਨਾਲ ਬੜੇ ਰਿਸਪੈਕਟਫੁਲੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ। ਤਿੰਨ ਸ਼ਬਦ ਮੈਂ ਗੁਰਬਾਣੀ ਦੇ ਇਸ ਵਕਤ ਸਾਂਝੇ ਕਰਨ ਲੱਗਿਆ। ਸਭ ਦਾ ਜਦੋਂ ਵੀ ਸਾਨੂੰ ਜਾਗਦੇ ਹਾਂ ਨਾ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ, ਪਰਮਾਤਮਾ ਸਾਨੂੰ ਜੀਵਨ ਦਿੱਤਾ, ਸਾਹ ਆ ਰਹੇ ਨੇ, ਸਿਹਤ ਠੀਕ ਹੈ, ਹੈ ਜੀ, ਚੜ੍ਹਦੀ ਕਲਾ ਲਈ। ਦੂਜਾ ਜੇ ਕੋਈ ਵਿਪਤਾ ਆਉਂਦੀ ਵੀ ਆ ਉਸ ਵਕਤ ਅਰਦਾਸ ਕਰੋ, ਦੂਜਾ ਸਟੈਪ। ਤੀਜਾ
ਜੇਕਰ ਵੱਧ ਵੀ ਜਾਵੇ ਕੋਈ ਗੱਲ ਜਿੱਥੋਂ ਵਾਰੀ ਹੋ ਜਾਂਦੀ ਆ ਤਾਂ ਉਸ ਦਾ ਭਾਣਾ ਵੀ ਮੰਨੋ, ਇਹਦੇ ਕੁਛ ਕਰ ਸਕਦੇ। ਪਰ ਜੇ ਅਸੀਂ ਇਹਨਾਂ ਨੂੰ ਅਪਲਾਈ ਕਰ ਲਾਂਗੇ ਨਾ ਤਾਂ ਸਾਡਾ ਜੀਵਨ ਸਫਲ ਹੋ ਸਕਦਾ। ਦੂਜਾ, ਸਵੇਰੇ ਉੱਠਣ ਨਾਲ ਮੈਂ ਆਪਦੇ ਪਰਸਨਲ ਐਕਸਪੀਰੀਅੰਸ ਦੱਸਦਾ, ਉੱਠਣ ਸਾਰ ਪਹਿਲਾਂ ਮੈਂ ਵਾਹਿਗੁਰੂ ਦਾ ਨਾਂ ਲੈ ਕੇ ਨਾ ਇਹ ਕਹਿੰਦਾ ਪਰਮਾਤਮਾ ਉਹ ਦਿਨ ਚੜ੍ਹਿਆ ਅੱਜ ਚੰਗਾ ਚੜ੍ਹੇ, ਮੈਂ ਕੁਛ ਕਰਨਾ ਚਾਹੁੰਦਾ। ਮੇਰਾ ਸਲੋਗਨ ਹੈਗਾ ਡੀਡ ਏ ਡੇ, ਇੱਕ ਸ਼ੁਭ ਕੰਮ ਜ਼ਰੂਰ ਕਰਨਾ ਕੋਈ ਵੀ ਹੋਵੇ, ਅਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੋ ਜਾਂਦਾ ਜੀ। ਇਸੇ ਕਰਕੇ ਮੈਂ ਕਿਤਾਬਾਂ ਲਿਖ ਸਕਿਆ, ਹੁਣ ਸੇਵਾ ਕਰ ਰਿਹਾ ਅਤੇ ਅੱਗੇ ਅਗਲੀ ਜਨਰੇਸ਼ਨ ਨੂੰ ਦੱਸ ਰਹੇ ਹਾਂ। ਅਤੇ ਜਕਾਰਾ ਮੂਵਮੈਂਟ ਦਾ ਇਹਨੇ ਸੈਮੀਨਾਰ ਕੀਤਾ ਸੀ, ਅਸੀਂ ਉਹਨਾਂ ਨੂੰ ਦੱਸਿਆ ਵੀ ਇੱਥੇ ਫੰਡਸ ਬਿਲੀਅਨਸ ਡਾਲਰ ਫੰਡਸ ਪਏ ਆ, ਕਿਸ ਤਰ੍ਹਾਂ ਟੈਪ ਕਰਨੇ ਆ, ਅਤੇ ਇਹ ਇੱਕ ਜੇ ਉਹਨੂੰ ਫਾਈਨੈਂਸਿੰਗ ਹੋਈ ਨਾ ਅੱਗੇ ਵੀ ਜਾ ਸਕਦੇ। ਇੱਕ ਸੋਸ਼ਲ ਕੌਜ਼ ਜਿਹੜਾ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਉੱਤੇ ਫੰਡਸ ਜਾਣ, ਜਿਸ ਤਰੀਕੇ ਦੀ ਅੱਜ ਅਸੀਂ ਇਸ ਹੈਲਦੀ ਡਿਸਕਸ਼ਨ ਅੱਜ ਕੀਤੀ ਉਹਦਾ ਇਹੀ ਸਿੱਟਾ ਨਿਕਲਦਾ ਹੈ, ਔਰ ਉਹਦਾ ਇਹੀ ਅਸੀਂ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਇਹਨਾਂ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ, ਆਪਣੇ ਵਿਚਾਰ ਸਾਡੇ ਨਾਲ ਰੱਖੇ, ਅਤੇ ਕਈਆਂ ਦੇ ਆਪਣੇ ਆਪਣੇ ਵਿਚਾਰ ਸੀਗੇ, ਲੇਕਿਨ ਕਈ ਅਜਿਹੇ ਵਿਚਾਰ ਸੀਗੇ ਜੋ ਕੌਮ ਦੇ ਨਾਲ ਵੀ ਜੁੜਦੇ ਹਨ, ਜੋ ਕਿ ਸਾਡੇ ਸਾਂਝੇ ਵਿਚਾਰ ਹਨ। ਜੇਕਰ ਅਸੀਂ ਉਹਨਾਂ ਦੇ ਉੱਤੇ ਨਜ਼ਰ ਰੱਖਦੇ ਹਾਂ, ਜੇਕਰ ਅਸੀਂ ਉਹਨਾਂ ਦੇ ਉੱਤੇ ਚੱਲਣ ਦੀ ਸੋਚਦੇ ਹਾਂ, ਰੋਡ ਮੈਪ ਤਿਆਰ ਕਰਦੇ ਹਾਂ, ਜੋ ਸਾਡੇ ਮਸਲੇ ਹਨ ਉਹਨਾਂ ਨੂੰ ਅਸੀਂ ਸੁਲਝਾ ਸਕਦੇ ਹਾਂ। ਸੋ ਇਹ ਸੀਗੇ ਡਾਕਟਰ ਹਰਬੰਸ ਸਿੰਘ ਸਰਾਂ, ਜਿਹਨਾਂ ਨੇ ਅੱਜ ਸਾਡੇ ਨਾਲ ਸ਼ਮੂਲੀਅਤ ਕੀਤੀ ਮੁੱਖ ਮਹਿਮਾਨ ਵਜੋਂ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ, ਤੁਸੀਂ ਅੱਜ ਸਾਡੇ ਨਾਲ ਜੁੜੇ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤਮਾਮ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਸੀਗੇ ਪੈਨਲ ਦੇ ਵਿੱਚ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਔਰ ਜਸਟ ਬ੍ਰੋਡਕਾਸਟਿੰਗ ਦੇ ਸਾਰੇ ਵਿਊਅਰਸ ਨੂੰ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਨੂੰ ਰੋਜ਼ਾਨਾ ਵੇਖਦੇ ਹੋ ਔਰ ਆਪਣੇ ਵਿਚਾਰ ਜਿਹੜੇ ਨੇ ਉਹ ਤੁਸੀਂ ਜ਼ਰੂਰ ਦੱਸ ਦਿਓ। ਜੇਕਰ ਤੁਸੀਂ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkeerat@justbroadcasting.com, info@justbroadcasting.com। ਅਖੀਰਲੇ ਗੱਲਾਂ ਨੂੰ ਅਖੀਰਲੇ ਸੈਗਮੈਂਟ ਦੇ ਵਿੱਚ ਮੈਂ ਜਾਂਦੇ ਇਹੀ ਕਹਾਂਗਾ ਜੋ ਗੁਰੂ ਮਹਾਰਾਜ ਨੇ ਕਿਹਾ ਸੀਗਾ, ਲਵ ਐਂਡ ਕਰੇਜ, ਲਵ ਇਜ਼ ਵਰਸ਼ਿਪ ਐਂਡ ਕਰੇਜ ਇਜ਼ ਬਲੈਸਿੰਗ। ਉਹ ਲਉਂਗੇ ਤਾਂ ਜ਼ਿੰਦਗੀ ਦੇ ਵਿੱਚ ਜੋ ਚਾਹੁੰਦੇ ਹੋ ਤੁਸੀਂ ਜ਼ਰੂਰ ਲੈ ਸਕਦੇ ਹੋ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ।